ਅੱਜ ਸਾਡੇ ਨਾਲ ਹਨ ਵਿਸ਼ਵ ਪ੍ਰਸਿੱਧ ਆਯੁਰਵੈਦਿਕ ਚਿਕਿਤਸਕ ਡਾਕਟਰ ਨਵਦੀਪ ਸ਼ਰਮਾ ਜਿਨ੍ਹਾਂ ਦੇ ਯੋਗਦਾਨ ਨਾਲ ਵਿਸ਼ਵ ਭਰ ਵਿੱਚ ਕਿਡਨੀ ਹੈਪੇਟਾਈਟਿਸ HIV ਅਤੇ ਕਈ ਹੋਰ ਖਤਰਨਾਕ ਬਿਮਾਰੀਆਂ ਨਾਲ ਲੜ ਰਹੇ ਲੋਕਾਂ ਨੂੰ ਇਹਨਾਂ ਬਿਮਾਰੀਆਂ ਨਾਲ ਲੜਨ ਦੀ ਉਮੀਦ ਮਿਲੀ ਅਤੇ ਲੱਖਾਂ ਲੋਕ ਇਹਨਾਂ ਲਾਇਲਾਜ ਬਿਮਾਰੀਆਂ ਤੋਂ ਰਾਹਤ ਪਾ ਰਹੇ ਹਨ। ਇਹ ਇੱਕ ਪੰਚਕਰਮਾ ਆਯੁਰਵੇਦ ਦੀ ਅਜਿਹੀ ਚਿਕਿਤਸਾ ਹੈ ਜਿਸ ਨੂੰ ਸ਼ੋਧਨ ਚਿਕਿਤਸਾ ਵੀ ਕਿਹਾ ਜਾਂਦਾ ਹੈ। ਜਿਸ ਚਿਕਿਤਸਾ ਨਾਲ ਸਰੀਰ ਵਿੱਚੋਂ ਦੋਸ਼ਾਂ ਤੇ ਰੋਗਾਂ ਨੂੰ ਜੜ ਤੋਂ ਕੱਟਿਆ ਜਾਂਦਾ ਹੈ। ਇਸ ਵਿੱਚ ਸਾਡੇ ਦਿੱਲੀ ਸਥਿਤ ਡਾਕਟਰ ਨਵਦੀਪ ਸ਼ਰਮਾ ਦੀ ਅਗਵਾਈ ਵਿੱਚ ਚੱਲ ਰਹੇ NDCareNirogam ਪੰਚਕਰਮਾ ਸੈਂਟਰ ਵਿੱਚ ਹੇਠ ਲਿਖੇ ਵਿਸ਼ਿਆਂ ਨਾਲ ਇਹਨਾਂ ਖਤਰਨਾਕ ਬਿਮਾਰੀਆਂ ਨੂੰ ਸਰੀਰ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ। ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਫੋਰ ਜੁਆਇਨਿੰਗ ਅਸ। ਮੈਂ ਤੁਹਾਨੂੰ ਕੱਲ੍ਹ ਵੀ ਅਨਾਊਂਸ ਕੀਤਾ ਸੀਗਾ ਔਰ ਬਹੁਤ ਹੀ ਸਪੈਸ਼ਲ ਐਪੀਸੋਡ ਤੁਹਾਡੇ ਵਾਸਤੇ ਲੈ ਕੇ ਆਈ ਹਾਂ। ਸੋ ਪਲੀਜ਼ ਆਪਣੇ ਰਾਦਰ ਆਈ ਵੁੱਡ ਸੇ ਕਿ ਪੈੱਨ ਪੈਨਸਿਲ ਲੈ ਕੇ ਯੂ ਨੋ ਕੁਛ ਨੋਟ ਕਰਨ ਵਾਸਤੇ ਇਕੱਠੇ ਹੋ ਜਾਓ, ਆਰਾਮ ਨਾਲ ਬੈਠ ਜਾਓ ਚਾਹ ਕੌਫੀ ਲੈ ਕੇ, ਕਿਉਂਕਿ ਸਾਡੇ ਸਟੂਡੀਓ ਦੇ ਵਿੱਚ ਅੱਜ ਇੱਕ ਸਪੈਸ਼ਲ ਗੈਸਟ ਆਏ ਨੇ, ਡਾਕਟਰ ਨਵਦੀਪ ਸ਼ਰਮਾ। ਥੈਂਕ ਯੂ ਸੋ ਮਚ ਨਵਦੀਪ ਸ਼ਰਮਾ ਜੀ, ਤੁਸੀਂ ਇੱਥੇ ਆਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਨੇ ਡਾਕਟਰ ਨਵਦੀਪ ਸ਼ਰਮਾ, ਹੀ ਇਜ਼ ਐਨ PhD MD ਐਂਡ BAMS, ਮਤਲਬ ਕਿ ਆਯੁਰਵੈਦਿਕ ਦੇ ਸਪੈਸ਼ਲਿਸਟ। ਸੋ ਪਿੱਛੇ ਤੁਹਾਨੂੰ ਯਾਦ ਹੋਣਾ ਕਿ ਅਸੀਂ ਡਾਕਟਰ ਤਾਂ ਨਹੀਂ ਬਟ ਜੋਤੀ ਸ਼ਰਮਾ, ਸ਼ੀ ਵਾਜ਼ ਔਨ ਦ ਸ਼ੋ, ਬਟ ਇਹ ਅੱਜ ਉਹਨਾਂ ਦੇ ਵੀ ਪ੍ਰੋਫੈਸ਼ਨਲੀ ਆਈ ਵੁੱਡ ਸੇ ਸੀਨੀਅਰ ਨੇ ਕਿ ਆਏ ਨੇ। ਸੋ ਆਈ ਐਮ ਰੀਅਲੀ ਐਕਸਾਈਟਿਡ ਕਿ ਤੁਸੀਂ ਸਾਰਿਆਂ ਨੂੰ ਮਿਲਾਉਣ ਵਾਸਤੇ ਅਸੀਂ ਲੈ ਕੇ ਆਏ ਹਾਂ, ਔਰ ਬਹੁਤ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਤੁਹਾਡੇ ਮਨ 'ਚ ਵੀ ਹੋਣੀਆਂ ਜਿਹੜੀਆਂ ਕਿ ਤੁਸੀਂ ਪੁੱਛੋ, ਐਂਡ ਆਈ ਐਮ ਸ਼ੋਰ ਤੁਸੀਂ ਕੁਐਸਚਨਸ ਮੇਰੇ ਕੋਲ ਪਹੁੰਚਣ ਵੀ ਲੱਗ ਗਏ ਹੈ ਤੁਹਾਡੇ। ਬਟ ਅਸੀਂ ਤੁਹਾਡੇ ਤੋਂ ਪਹਿਲੇ ਤਾਂ ਆਈ ਐਮ ਸੋ ਗ੍ਰੇਟਫੁਲ ਕਿ ਤੁਸੀਂ ਗੱਲਬਾਤ ਵਾਸਤੇ ਟਾਈਮ ਕੱਢਿਆ, ਬਿਕੋਜ਼ ਮਿਡਲ ਆਫ ਦ ਡੇ ਹੈ, ਇਟਸ ਅ ਵੈਰੀ ਡਿਫੀਕਲਟ ਟਾਈਮ ਕਿ ਤੁਸੀਂ ਆਪਣੇ ਯੂ ਨੋ ਬਿਜ਼ੀ ਸ਼ਡਿਊਲ 'ਚ ਕੱਢ ਕੇ ਇੱਥੇ ਆਏ ਹੋ। ਸੋ ਥੈਂਕ ਯੂ ਸੋ ਮਚ ਡਾਕਟਰ ਨਵਦੀਪ ਜੀ। ਮੇਰਾ ਖੁਦ ਦਾ ਸੁਭਾਗ ਹੈ ਜੀ, ਮੈਂ ਰੂਟੀਨ 'ਚ ਉੱਥੋਂ ਜਸ ਤੋਂ ਜਦੋਂ ਵੀ ਲੋਕਾਂ ਦੇ ਰੂਬਰੂ ਹੁੰਦਾ ਵਾਂ, ਇੰਨਾ ਪਿਆਰ ਮਿਲਦਾ ਹੈ ਇੱਥੋਂ US ਦੇ ਜਿਹੜੇ ਸਾਡੇ ਆਪਣੇ ਪੰਜਾਬੀ ਨੇ, ਕਿ ਖਿੱਚਿਆ ਚੱਲੇ ਆਉਣ ਵਾਲੀ ਗੱਲ ਹੈ ਕਿ ਨਹੀਂ ਮੈਂ ਆਉਣਾ ਹੀ ਹੈ, ਅਤੇ ਮੈਂ ਉਦੋਂ ਹੀ ਮਾਈਂਡ ਮੇਕਅਪ ਕਰ ਲਿਆ ਸੀ ਅਤੇ ਆਈ ਵਾਜ਼ ਸ਼ੋਰ ਕਿ ਮੈਂ ਆਵਾਂ ਅਤੇ ਅੱਜ ਮਾਲਕ ਦੀ ਦੇ ਨਾਲ ਮੈਂ ਇੱਥੇ ਸਾਰਿਆਂ ਦੇ ਵਿੱਚ ਹਾਂ ਜੀ। ਕੋਈ ਯੂ ਨੋ ਤੁਹਾਡੇ ਕੋਲ ਫੈਮਿਲੀਅਰ ਪਰਸਨੈਲਿਟੀ ਹੈ, ਤੁਸੀਂ ਇਹਨਾਂ ਨਾਲ ਵੈਸੇ ਵੀ ਜੁੜਦੇ ਹੋ, ਬਟ ਅੱਜ ਗੱਲਬਾਤ 'ਤੇ ਆਏ ਹਾਂ, ਇਸ ਪਿੱਛੇ ਆਈ ਐਮ ਸੋ ਹੈਪੀ ਅਬਾਊਟ ਇਟ। ਸੋ ਬੜੀਆਂ ਸਾਰੀਆਂ ਗੱਲਾਂ ਡਾਕਟਰ ਸਾਹਿਬ ਆ ਰਹੀਆਂ ਧਿਆਨ ਦੇ ਵਿੱਚ, ਬਟ ਖਾਸ ਤੌਰ 'ਤੇ ਵੀ ਟਾਕ ਅਬਾਊਟ ਕਿ ਅਸੀਂ ਬਹੁਤ ਦੂਰ ਚਲੇ ਗਏ ਹਾਂ ਬੇਸਿਕਸ ਤੋਂ, ਮੈਨੂੰ ਫੀਲ ਹੁੰਦਾ। ਸੋ ਬੇਸਿਕਸ ਦੇ ਬਾਅਦ ਜਾਈਏ ਤਾਂ ਸਿੱਧਾ ਖਾਣ ਦੀ ਗੱਲ ਸੋਚ ਲਈਏ। ਅੱਜ ਕੱਲ੍ਹ ਐਵਰੀ ਡੇ ਦੇਰ ਇਜ਼ ਅ ਨਿਊ ਡਾਇਟ ਕਮਿੰਗ, ਨਿਊ ਟ੍ਰੈਂਡ ਕਮਿੰਗ, ਕੋਈ ਵੈਜੀਟੇਰੀਅਨ ਦਾ ਸਪੈਸ਼ਲੀ ਇੱਥੇ ਵੀ ਬਹੁਤ, ਅਸੀਂ ਇੰਡੀਆ ਦੇ ਵਿੱਚ ਤਾਂ ਬੜੇ ਪੁਰਾਣੇ ਟਾਈਮ ਤੋਂ ਵੈਜੀਟੇਰੀਅਨ ਹੈਗੇ ਹਾਂ, ਬਟ ਇੱਥੇ ਬੜਾ ਵੈਜੀਟੇਰੀਅਨਿਜ਼ਮ, ਵੀਗਨਿਜ਼ਮ ਇਹਦੇ ਵਿੱਚ ਚੱਲ ਰਿਹਾ ਕਿ ਯੂ ਨੋ ਇਹ ਖਾਓ ਇਹ ਨਾ ਖਾਓ, ਔਰਗੈਨਿਕ ਫੂਡ ਖਾਓ। ਸੋ ਤੁਹਾਨੂੰ ਕੀ ਲੱਗਦਾ ਇਹ ਸਾਰਾ ਇੰਨਾ ਜਿਹੜਾ ਸ਼ੋਰ ਹੈ ਉਹਦੇ ਵਿੱਚ ਕਿੰਨਾ ਕੁ ਦਮ ਹੈ? ਮੈਨੂੰ ਤੁਸੀਂ ਪਲੀਜ਼ ਪਹਿਲੇ ਲੈਟਸ ਸਟਾਰਟ ਫਰੋਮ ਦੇਅਰ। ਦੇਖੋ ਆਪਾਂ ਵੈਜੀਟੇਰੀਅਨ ਫੂਡ ਦੀ ਗੱਲ ਕਰ ਰਹੇ ਹਾਂ, ਡੈਫੀਨੇਟਲੀ ਵੈਜੀਟੇਰੀਅਨ ਰਹਿਣਾ, ਅਗਰ ਆਪਾਂ ਆਪਣੀ ਸੰਸਕ੍ਰਿਤੀ ਦੀ ਗੱਲ ਕਰੀਏ, ਆਪਣੇ ਸ਼ਾਸਤਰਾਂ ਦੀ ਗੱਲ ਕਰੀਏ, ਵੈਜੀਟੇਰੀਅਨ ਖਾਣਾ ਸਾਡੇ ਸਰੀਰ ਨੂੰ ਆਸਾਨੀ ਨਾਲ ਪਚ ਜਾਂਦਾ ਵਾ, ਔਰ ਸਾਰੇ ਦੇ ਸਾਰੇ ਜਿਹੜੇ ਪੋਸ਼ਕ ਤੱਤਵ ਨੇ ਉਹ ਸਾਡੇ ਸਰੀਰ ਦੇ ਵਾਸਤੇ, ਸਾਡੀ ਡਾਈਜੈਸਟਿਵ ਐਨਜ਼ਾਈਮਸ ਵਾਸਤੇ ਈਜ਼ੀ ਰਹਿੰਦਾ ਇਫ ਯੂ ਆਰ ਵੈਜੀਟੇਰੀਅਨ। ਬਟ ਐਸਾ ਕੁਛ ਨਹੀਂ ਹੈ
ਕਿ ਅਗਰ ਇੱਕ ਬੰਦਾ ਵੈਜੀਟੇਰੀਅਨ ਨਹੀਂ ਹੈ ਤੇ ਉਹ ਬੰਦੇ ਨੂੰ ਉਹਦੇ ਕਰਕੇ ਕੋਈ ਬਿਮਾਰੀਆਂ ਲੱਗ ਜਾਣਗੀਆਂ ਨਹੀਂ ਹਾਂ ਇਟ ਸ਼ੁੱਡ ਨਾਟ ਬੀ ਓਵਰ ਈਟਿੰਗ ਆਫ ਦਿਸ ਮੀਟ ਐਂਡ ਆਲ ਵੈਜੀਟੇਰੀਅਨ ਹਫ਼ਤੇ 'ਚ ਇੱਕ ਵਾਰੀ ਦੋ ਵਾਰੀ ਰਹਿਣਾ ਬਹੁਤ ਚੰਗੀ ਗੱਲ ਹੈ ਔਰ ਜਿਹੜਾ ਟ੍ਰੈਂਡ ਆ ਰਿਹਾ ਦੁਬਾਰਾ ਵੈਜੀਟੇਰੀਅਨਿਜ਼ਮ ਵੱਲ ਇਟਸ ਅ ਗੁੱਡ ਟ੍ਰੈਂਡ ਬਟ ਜਿਹੜੀ ਗੱਲ ਮੈਂ ਜਨਰਲੀ ਲੋਕਾਂ ਦੇ ਨਾਲ ਕਰਦਾ ਵਾਂ ਜਿਹੜੇ ਪੇਸ਼ੈਂਟਸ ਵੀ ਮੈਨੂੰ ਅਪਰੋਚ ਕਰਦੇ ਨੇ ਜਾਂ ਨੋਰਮਲ ਵੀ ਉਹ ਹੈ ਕਿ ਇਟਸ ਨੋਟ ਵਾਟ ਵੀ ਈਟ ਬਟ ਹਾਓ ਵੀ ਈਟ ਮਤਲਬ ਕੀ ਖਾ ਰਹੇ ਹਾਂ ਚਲੋ ਉਹ ਤਾਂ ਜ਼ਰੂਰੀ ਹੈ ਅੱਜ ਆਪਾਂ ਫਿਰ ਐਜੂਕੇਸ਼ਨ ਲੈਵਲ ਵਧਣ ਕਰਕੇ ਲੋਕ ਕਾਫ਼ੀ ਸੁਚੇਤ ਹੋ ਗਏ ਨੇ ਆਪਣੇ ਖਾਣ ਪੀਣ ਦੇ ਬਾਰੇ 'ਚ ਵਿੱਚ ਇੱਕ ਟਾਈਮ ਸੀ ਜਦੋਂ ਐਸਾ ਕੁਛ ਨਹੀਂ ਸੀ ਬਟ ਅੱਜ ਸਾਰੇ ਸੁਚੇਤ ਨੇ ਜੀ ਕਿ ਕੀ ਖਾਣਾ ਹੈ ਕੀ ਨਹੀਂ ਖਾਣਾ ਹੈ ਬਟ ਕਿਸ ਤਰ੍ਹਾਂ ਖਾਣਾ ਲੋਕ ਉਹ ਭੁੱਲ ਗਏ ਨੇ ਓਕੇ ਵਾਟ ਯੂ ਮੀਨ ਬਾਏ ਦੈਟ ਹਾਂ ਜਦੋਂ ਆਪਾਂ ਕੀ ਖਾਣਾ ਹੈ ਔਰ ਕਿਸ ਤਰ੍ਹਾਂ ਖਾਣਾ ਦੀ ਗੱਲ ਕਰੀਏ ਆਚਾਰਿਆ ਚਰਕ ਜਿਹੜੇ ਕਿ ਆਯੁਰਵੇਦ ਦੇ ਮੇਨ ਇਹ ਮੰਨਿਆ ਜਾਂਦਾ ਜਿਨ੍ਹਾਂ ਨੇ ਆਯੁਰਵੇਦ ਸਾਰਾ ਲਿਖਿਆ ਆਚਾਰਿਆ ਚਰਕ ਨੇ ਅਨ ਵਿਧੀ ਵਿਧਾਨ ਦੱਸੇ ਨੇ ਜੀ ਖਾਣਾ ਖਾਣ ਵਾਸਤੇ ਦੇਖੋ ਬੜੀ ਸਿੰਪਲ ਸਿੰਪਲ ਜੀ ਗੱਲਾਂ ਜਦੋਂ ਮੈਂ ਤੁਹਾਨੂੰ ਦੱਸਾਂਗਾ ਤਾਂ ਤੁਹਾਨੂੰ ਲੱਗੇਗਾ ਇਹ ਗੱਲਾਂ ਤਾਂ ਸਾਨੂੰ ਪਤਾ ਹੀ ਸੀ ਲੇਕਿਨ ਫੋਲੋ ਨਹੀਂ ਕਰ ਰਹੇ ਹੋਵਾਂਗੇ ਆਪਾਂ ਸਾਰੇ ਦੇ ਸਾਰੇ ਬੰਦੇ ਹੁਣ ਉਹਦੇ 'ਚ ਸਭ ਤੋਂ ਪਹਿਲੇ ਆ ਜਾਂਦਾ ਵੈ ਊਸ਼ਨਮ ਚਸ਼ਨੀਆਤ ਮਤਲਬ ਜੋ ਖਾਓ ਗਰਮ ਖਾਓ ਆਪਾਂ ਅਕਸਰ ਜਦੋਂ ਖਾਣਾ ਖਾਂਦੇ ਹਾਂ ਕੋਈ ਧਿਆਨ ਨਹੀਂ ਹੁੰਦਾ ਸਾਨੂੰ ਕਿ ਆਪਾਂ ਗਰਮ ਕਰਕੇ ਹੀ ਖਾਣਾ ਖਾਸ ਤੌਰ 'ਤੇ ਜਦੋਂ ਆਪਾਂ ਮੈਂ ਯੂ ਐੱਸ ਦੀ ਗੱਲ ਕਰਾਂ ਆਪਣੇ ਇੱਥੋਂ ਦੇ ਵਿਊਅਰਸ ਦੀ ਸਾਰੇ ਇੱਥੇ ਤਾਂ ਬਿਲਕੁਲ ਇਹ ਟ੍ਰੈਂਡ ਨਹੀਂ ਹੈ ਕਿ ਜ਼ਰੂਰੀ ਆਪਾਂ ਗਰਮ ਕਰਕੇ ਹੀ ਖਾਣਾ ਖਾਣਾ ਵਾ ਮੈਜੋਰਿਟੀ ਟਾਈਮ ਜਿਹੜੇ ਮੀਲਸ ਨੇ ਉਹ ਪ੍ਰੋਪਰ ਗਰਮ ਕੀਤੇ ਬਿਨਾਂ ਲਿੱਤੇ ਜਾਂਦੇ ਨੇ ਦੈਟਸ ਯੂ ਹੈਵ ਅ ਵੈਰੀ ਵੈਲਿਡ ਪੁਆਇੰਟ ਐਂਡ ਸਪੈਸ਼ਲੀ ਡਾਕਟਰ ਸਾਹਿਬ ਇਸ ਵੇਲੇ ਸਾਡੇ ਨਾਲ ਜੁੜੀਆਂ ਹੋਈਆਂ ਜ਼ਿਆਦਾ ਲੇਡੀਜ਼ ਹਾਂਜੀ ਯੂ ਨੋ ਲਾਈਵ ਰਿਕਾਰਡਡ ਤਾਂ ਬੜੇ ਬੱਚੇ ਹੋਰ ਵੀ ਦੇਖਦੇ ਨੇ ਬਟ ਜਨਾਨੀਆਂ ਦੀ ਖਾਸ ਤੌਰ ਤੇ ਹੈ ਕਿ ਸਭ ਨੂੰ ਖਵਾ ਲੈਣਗੀਆਂ ਫਿਰ ਆਪ ਜਦੋਂ ਥੋੜਾ ਸੰਭਾਲ ਕੇ ਉਹ ਕਰਕੇ ਉਹ ਕੀ ਅਮਰੀਕਾ ਤੇ ਕੀ ਇੰਡੀਆ ਆਈ ਥਿੰਕ ਮਦਰਸ ਹੈਵ ਦਿਸ ਕਿ ਯੂ ਨੋ ਠੰਡਾ ਫੂਡ ਸੋ ਠੰਡਾ ਫੂਡ ਯੂ ਡੋਨਟ ਰਿਕਮੈਂਡ ਨੋਟ ਐਟ ਆਲ ਜੀ ਦੇਖੋ ਜਦੋਂ ਆਪਾਂ ਠੰਡਾ ਫੂਡ ਲੈਨੇ ਹਾਂ ਵਾਟ ਹੈਪਨਸ ਇਜ਼ ਸਾਡੀ ਬਾਡੀ ਦੀ ਡਾਈਜੈਸਟਿਵ ਐਨਜ਼ਾਈਮਸ ਨੂੰ ਵੱਧ ਕੰਮ ਕਰਨਾ ਪੈਂਦਾ ਵਾ ਸੇਮ ਮੀਲ ਨੂੰ ਡਾਈਜੈਸਟ ਕਰਨ ਵਾਸਤੇ ਸਾਡੀ ਬਾਡੀ ਐਕਸਟਰਾ એનર્ਜੀ ਵੇਸਟ ਕਰ ਰਹੀ ਹੈ ਔਰ ਫਿਰ ਉਹਦੇ ਵਿੱਚੋਂ ਬਹੁਤ ਸਾਰਾ ਫੂਡ ਐਸਾ ਹੁੰਦਾ ਜਿਹੜਾ ਬਿਨਾਂ ਪਚੇ ਚਲੇ ਜਾਂਦਾ ਵਾ ਉਹਨੂੰ ਆਪਾਂ ਆਮ ਕਹਿੰਦੇ ਹਾਂ ਆਮ ਬਣ ਜਾਂਦਾ ਵਾ ਸਰੀਰ ਦੇ ਅੰਦਰ ਜਿਹੜਾ ਕਿ ਕਈ ਤਰ੍ਹਾਂ ਦੇ ਰੋਗ ਕਰਦਾ ਵਾ ਉਹਦੇ ਬਾਰੇ ਵੀ ਮੈਂ ਤੁਹਾਨੂੰ ਅੱਗੇ ਡਿਟੇਲ 'ਚ ਦੱਸਾਂਗਾ ਸੋ ਯੂ ਆਰ ਨੋਟ ਇਨ ਫੇਵਰ ਆਫ ਸੈਲਡਸ ਐਂਡ ਆਲ ਨਹੀਂ ਸੈਲਡਸ ਆਰ ਗੁੱਡ ਦੇਖੋ ਸੈਲਡਸ ਹਾਂ ਸੈਲਡਸ ਆਰ ਵੈਰੀ ਗੁੱਡ ਸੈਲਡ ਸ਼ੁੱਡ ਬੀ ਟੇਕਨ ਲੇਕਿਨ ਸੈਲਡ ਨੂੰ ਆਪਾਂ ਸੈਲਡ ਵਕਨ ਲੈਣਾ ਵਾ ਫੂਡ ਨੂੰ ਆਪਾਂ ਸੈਲਡ ਵਕਨ ਨਹੀਂ ਲੈਣਾ ਜਦੋਂ ਵੀ ਆਪਾਂ ਫੂਡ ਲੈ ਰਹੇ ਹਾਂ ਫੂਡ ਆਪਾਂ ਹਮੇਸ਼ਾ ਗਰਮ ਲੈਣਾ ਹੈ ਕਿਉਂਕਿ ਊਸ਼ਨਮ 'ਚ ਅਸ਼ਨੀਆਤ ਖਾਣਾ ਗਰਮ ਲਓ ਦੈਨ ਦੂਸਰਾ ਆ ਜਾਂਦਾ ਸਨਿਗਧਮ 'ਚ ਅਸ਼ਨੀਆਤ ਖਾਣੇ 'ਚ ਥੋੜ੍ਹੀ ਜਿਹੀ ਤਰਾਵਟ ਜ਼ਰੂਰ ਰੱਖੋ ਅੱਜ ਦੀ ਡੇਟ 'ਚ ਕੀ ਟ੍ਰੈਂਡ ਬਣ ਗਿਆ ਵੈ ਲੋਕ ਫੈਟ ਨੂੰ ਜਾਂ ਲਾਈਪਿਡਸ ਨੂੰ ਜ਼ਹਿਰ ਸਮਝਣ ਲੱਗ ਪਏ ਨੇ ਕਿ ਨਹੀਂ ਜੀ ਇਹ ਖਾਣੇ ਦੇ ਅੰਦਰ ਤੇ ਜਿਹੜਾ ਵੈ ਇਹ ਫੈਟਸ ਨੇ ਇਹ ਤਾਂ ਬਿਲਕੁਲ ਬੜਾ ਗੰਦਾ ਜੀ ਇੱਕ ਆਇਆ ਸੀ ਨਾ ਕਿ ਬਸ ਸਭ ਆਇਲ ਨਹੀਂ ਕਿ ਕਿਉਂ ਨਹੀਂ ਕੁਝ ਨਹੀਂ ਆ ਬਿਲਕੁਲ ਐਂਡ ਦੈਟ ਇਜ਼ ਅ ਰੋਂਗ ਟ੍ਰੈਂਡ ਉਹਦਾ ਕਾਰਨ ਹੈ ਵੈ ਕਿ ਖਾਣੇ ਦੇ ਵਿੱਚ ਕੁਝ ਘਿਓ ਤੇ ਚਾਹੀਦਾ ਹੀ ਹੈ ਈਵਨ ਅਗਰ ਆਪਾਂ ਆਪਣੀ ਨਰਵਸ ਦੀ ਗੱਲ ਕਰੀਏ ਹੁਣ ਅੱਜ ਦੀ ਡੇਟ 'ਚ ਪਾਰਕਿੰਸੋਨਿਜ਼ਮ ਐਲਜ਼ਾਈਮਰਸ ਇਹ ਡਿਜ਼ੀਜ਼ ਬਹੁਤ ਤੇਜ਼ੀ ਨਾਲ ਵੱਧ ਰਹੇ ਨੇ ਇਹਦਾ ਇੱਕ ਮੇਜਰ ਰੀਜ਼ਨ ਹੈ ਵੈ ਜਿਹੜੀਆਂ ਸਾਡੀਆਂ ਨਰਵ ਐਂਡਿੰਗਸ ਨੇ ਸਾਡੀਆਂ ਨਰਵਸ ਨੂੰ ਕਵਰ ਕਰਨ ਵਾਸਤੇ ਜਿਹੜੀ ਮਾਈਲਿਨ ਸ਼ੀਥ ਹੈ ਉਹ ਕੋਲੈਸਟ੍ਰੋਲ ਤੋਂ ਬਣਦੀ ਹੈ ਠੀਕ ਹੈ ਕੋਲੈਸਟ੍ਰੋਲ ਵਧੇਰੀ ਮਾਤਰਾ 'ਚ ਮਾੜਾ ਵੈ ਲੇਕਿਨ ਜ਼ਹਿਰ ਨਹੀਂ ਹੈ ਆਪਾਂ ਬਿਲਕੁਲ ਛੱਡ ਹੀ ਬੈਠੇ ਹਾਂ ਕਿ ਨਹੀਂ ਜੀ ਆਪਾਂ ਬਿਲਕੁਲ ਵੀ ਜਿਹੜਾ ਵੈ ਉਹ ਸਨੇਹ ਲਵਾਂਗੇ ਨਹੀਂ ਲਾਈਪਿਡਸ ਲਵਾਂਗੇ ਨਹੀਂ ਫੈਟ ਲਵਾਂਗੇ ਨਹੀਂ ਇਸ ਕਰਕੇ ਸਨਿਗਧਮ ਚਸ਼ਨੀਆਤ ਖਾਣੇ 'ਚ ਕੁਛ ਹੱਦ ਤੀਕਨ ਜਿਹੜਾ ਤਰਾਵਟ ਹੈ ਉਹਦਾ ਹੋਣਾ ਬਹੁਤ ਜ਼ਰੂਰੀ ਹੈ ਥਰਡ ਆ ਜਾਂਦਾ ਜੀ ਉਸ ਤੋਂ ਬਾਅਦ ਨਾ ਅਤਿ ਦਰੁਤਮ ਚਸ਼ਨੀਆਤ ਨਾ ਅਤਿ ਵਿਲੰਬਮ ਚਸ਼ਨੀਆਤ ਖਾਣਾ ਨਾ ਬਹੁਤ ਤੇਜ਼ ਤੇਜ਼ ਖਾਓ ਅਤੇ ਨਾ ਹੀ ਬਹੁਤ ਹੌਲੀ ਹੌਲੀ ਖਾਓ ਜਦਕਿ ਆਪਾਂ ਦੋਨੋਂ ਹੀ ਚੀਜ਼ਾਂ ਕਰਦੇ ਹਾਂ ਯਹਾਂ ਤੇ ਲੋਕੀ ਰਸ਼ ਕਰ ਰਹੇ ਹੁੰਦੇ ਨੇ ਆਪਣੇ ਆਫਿਸ 'ਚ ਜਾਣ ਵਾਸਤੇ ਤੇ ਬਸ ਖਾਣੇ ਨੂੰ ਆਪਣੇ ਅੰਦਰ ਸੁੱਟਣ ਦੀ ਕਰਦੇ ਨੇ ਸਾਰੇ ਦੇ ਸਾਰੇ ਬੰਦੇ ਕਿ ਬਸ ਖਾ ਲਓ ਔਰ ਸੁੱਟ ਲਓ ਆਪਣੇ ਅੰਦਰ ਦੈਟ ਇਜ਼ ਰੋਂਗ ਉਹਦਾ ਕਾਰਨ ਹੈ ਜਦੋਂ ਖਾਣਾ ਆਪਾਂ ਇੰਨੀ ਜਲਦੀ ਸੁੱਟਦੇ ਹਾਂ ਜਿਹੜਾ ਸਾਡਾ ਮੂੰਹ ਹੈ ਸਾਡੇ ਮੂੰਹ ਨੇ ਬੜਾ ਮੇਜਰ ਕੰਮ ਕਰ ਦੇਣਾ ਹੁੰਦਾ ਹੈ ਡਾਈਜੈਸ਼ਨ ਦੇ ਵਾਸਤੇ ਕਿਉਂਕਿ ਜਿਹੜਾ ਮੂੰਹ ਹੈ ਉਹ ਮੂੰਹ 'ਚ ਵੀ ਸਾਡੇ ਸਲਾਈਵਰੀ ਐਨਜ਼ਾਈਮਸ ਹੁੰਦੀਆਂ ਨੇ ਉਹ ਖਾਣੇ ਨੂੰ ਪਚਾਉਣ 'ਚ ਵੀ ਹੈਲਪ ਕਰਦੀਆਂ ਨੇ ਦੂਸਰਾ ਖਾਣੇ ਨੂੰ ਛੋਟੇ ਪਾਰਟੀਕਲਸ 'ਚ ਚੇਂਜ ਕਰ ਦਿੰਦੀਆਂ ਨੇ ਸਾਡੇ ਪੇਟ ਦਾ ਕੰਮ ਉਹ ਘਟਾ ਦਿੰਦੀਆਂ ਨੇ ਲੇਕਿਨ ਆਪਾਂ ਖਾਣਾ ਅੰਦਰ ਸੁੱਟਣ ਦੀ ਕਰਦੇ ਹਾਂ ਪੇਟ ਦਾ ਕੰਮ ਉਹਦੇ ਨਾਲ ਬਹੁਤ ਵੱਧ ਜਾਂਦਾ ਵੈ ਅਤੇ ਦੂਜਾ ਆ ਜਾਂਦਾ ਨਾ ਅਤਿ ਵਿਲੰਬਮ ਚਸ਼ਨੀਆਤ ਅਤਿ ਵਿਲੰਬਮ ਚਸ਼ਨੀਆਤ ਦਾ ਮਤਲਬ ਹੈ ਮੰਨ ਲਓ ਆਪਾਂ ਇੱਕ ਕ੍ਰਿਕਟ ਮੈਚ ਦੇਖ ਰਹੇ ਹਾਂ ਹੁਣ ਆਏਗਾ ਅੱਗੇ ਇੰਡੀਆ ਪਾਕਿਸਤਾਨ ਦਾ ਮੈਚ ਆਏਗਾ ਲੋਕ ਸਾਰੇ ਦੇਖਣਗੇ ਹੁਣ ਮੰਨ ਲਓ ਆਪਾਂ ਕ੍ਰਿਕਟ ਮੈਚ ਦੇਖ ਰਹੇ ਹਾਂ ਅਤੇ ਨਾਲ ਆਪਾਂ ਰੋਟੀ ਦੀ ਪਲੇਟ ਪਕੜੀ ਹੋਈ ਆਪਣੀ ਖਾਣੇ ਦੀ ਇੱਕ ਬਾਈਟ ਖਾਧੀ ਉਸ ਤੋਂ ਬਾਅਦ ਆਪਾਂ ਟੀ ਵੀ ਵੱਲ ਫਿਰ ਲੱਗ ਗਏ ਦੂਜੀ ਬਾਈਟ ਆਪਾਂ ਫਿਰ ਕਿੰਨੀ ਦੇਰ ਦੇ ਬਾਅਦ ਖਾਧੀ ਹੁਣ ਜਦੋਂ ਆਪਾਂ ਇਸ ਤਰੀਕੇ ਨਾਲ ਖਾਣਾ ਖਾਂਦੇ ਹਾਂ ਅਤੇ ਜਿਹੜਾ ਸਾਡਾ ਬ੍ਰੇਨ ਹੈ ਉਹ ਪ੍ਰੋਪਰ ਮੈਸੇਜਿਸ ਨਹੀਂ ਭੇਜ ਪਾ ਇਸ ਪਾਉਂਦਾ ਡਾਈਜੈਸਟਿਵ ਸਿਸਟਮ ਨੂੰ ਕਿ ਐਨਜ਼ਾਈਮਸ ਨੂੰ ਐਕਟੀਵੇਟ ਕਰ ਦਿਓ ਅਗੇਨ ਦਾ ਫੂਡ ਗੋਸ ਨੋਨ ਡਾਈਜੈਸਟਿਡ ਖਾਣਾ ਪਚ ਨਹੀਂ ਪਾਉਂਦਾ ਇਸ ਕਰਕੇ
ना तो द्रुतम चशनियात ना तो विलंबम चशनियात। खाना एक ठीक स्पीड से खाना चाहिए है, ना बहुती तेज तो ना ही बहुती हौली हौली। सो आई थिंक ये बीइंग अ प्रोफेशनल मैं असी ये चीज मना कर दिया जिवें बच मावा नहीं बच्चों कि एक राउंड मार के फिर एक ग्राइंड खवा देंगे यू नो खवाण के चक्कर असी मना कर दिया हो पर देयर इज अनदर रीजन कि क्यों ये चीज़ नहीं होनी चाहिए। सो बहुत सारिया गल्लां जिहड़ियां होर भी करते रहेंगे। लेट मी टेक अ शॉर्ट ब्रेक एंड कम बैक। वेलकम बैक, सारे का फिर स्वागत है। आई नो सारे बहुत एक्साइटमेंट है, बहुत सारिया कॉल्स आ रही हैं। एंड डॉक्टर नवदीप जी तुसी लास्ट जिहड़ा कह रहे सी कि ना बहुत स्लो ना बहुत दौड़ दौड़ के खाना, यू नो साढ़े घर दोनों ही है। मैं थोड़ा ज़्यादा स्लो खानी है, मैं लगता है मेरे हस्बैंड रशिंग कर रहे होंगे। सो वी विल ट्राई टू कम इन बिटवीन, बट इस तो पहले आई थिंक लेट मी टेक सम कॉल्स बिकॉज लेट मी टेक हेलो। हाँ जी सत श्री अकाल। हेलो सत श्री अकाल जी, समा नहीं है साढ़े कोल, तुसी प्लीज़ फोन का सारे ध्यान रखियो और फोन दे उत्ते गल करियो। हेलो हेलो सत श्री अकाल जी। सत श्री अकाल जी, कौन बोल रहे हो जी? डॉक्टर नवदीप सिंह, नवदीप जी दोनों चरमा नाल गल करनी है जी। जी करो, तुहानू ही आवाज सुन रहे ने, तुसी दसो की कहंदे हो? मेरे काका मेरे मेरे लड़के दी कोलेस्ट्रोल बहुत हाई है। हां जी हां जी। एलडीएल 102 जी। ठीक है जी। ते ओ ਰੈਡ ਜੈਟ ਰਾਈਸ 600 ਮਿਲੀਗ੍ਰਾਮ ਦੀ ਗੋਲੀ ਖਾਂਦਾ ਆ। ਹਾਂਜੀ ਹਾਂਜੀ। ਤੇ ਇੱਕ ਹੋਰ ਆ ਉਹਦਾ ਥੋੜਾ ਵਧੀਆ, ਉਹ ਮੈਂ ਦੱਸਦੀ ਆ ਪਰ ਮੈਨੂੰ ਬਿਲਕੁਲ ਜੀ। ਦੇਖੋ ਤੁਸੀਂ ਇਹਦੇ ਵਾਸਤੇ ਇੱਕ ਚੀਜ਼ ਜਿਹੜੀ ਧਿਆਨ ਰੱਖਣੀ ਹੈ ਉਹ ਇਹ ਰੱਖਣੀ ਹੈ ਕਿ ਪਹਿਲਾਂ ਮੇਰੇ ਹੋਰ ਫੋਲੋ ਜੀ ਇਹ ਹਾਂਜੀ ਇਹਦਾ ਸਪੈਲਿੰਗ ਹੈਗੇ ਆ। ਹਾਂਜੀ ਹਾਂਜੀ। ਈ ਓ ਐਸ ਆਈ ਐਨ ਓ ਪੀ ਐਚ ਆਈ ਐਲ ਈਓਸਿਨੋਫਿਲਸ, ਉਹਨਾਂ ਦੇ ਈਓਸਿਨੋਫਿਲਸ ਬਦਲ ਉਹਦਾ 5.4 ਆ ਐਚ। ਠੀਕ ਹੈ ਜੀ। ਓਕੇ ਤੇ ਇੱਕ ਹੋਰ ਆ ਜੀ ਏ ਬੀ ਏ ਬੀ ਐਸ जवाब देंदे पर्सनल जिहड़े तुसी हैगे ना जरूर इन्हां नूं कॉन्टेक्ट करके कोशिश करनी है इस सब गोल अथे भी अवेलेबल है जी। कोशिश आपां करनी है कि दिन च दो टाइम तकरीबन 10 ग्राम इस सब गोल सवेरे ते 10 ग्राम इस सब गोल तुसी स्टार्ट दोनों टाइम देना शुरू करो। इहदे नाल जिहड़ा एलडीएल है ओह काफी घटेगा। ठीक है। और जिहड़ा तुसी दस रहे हो कि उहनां दे ईओसिनोफिल्स वधणे, ਈਓਸਿਨੋਫਿਲਸ ਜਨਰਲੀ ਵੱਧਦੇ ਨੇ ਐਲਰਜੀਸ ਕਰਕੇ। ਜਦੋਂ ਇੱਕ ਬੰਦੇ ਨੂੰ ਐਲਰਜੀ ਜ਼ਿਆਦਾ ਹੁੰਦੀਆਂ ਨੇ ਨਾ ਉਹਦੇ ਕਰਕੇ ਈਓਸਿਨੋਫਿਲਸ ਵੱਧ ਜਾਂਦੇ ਨੇ। ਸਟਾਰਟ ਕਰੋ ਹਲਦੀ ਉਹਨਾਂ ਦੇ ਕੇਸ, ਇਫ ਦੇ ਸਟਾਰਟ ਹਲਦੀ, ਹਲਦੀ ਬਹੁਤ ਹੀ ਵਧੀਆ ਚੀਜ਼ ਹੈ ਜੀ ਜਿਹੜੀ ਐਲਰਜੀਸ ਨੂੰ ਕੰਟਰੋਲ ਕਰਦੀ ਹੈ। ਤੇ ਇਹਨਾਂ ਦੇ ਕਿਸ ਤਰ੍ਹਾਂ ਲੈਣ, ਕਿਸ ਤਰ੍ਹਾਂ ਲੈਣ? ਟਰਮਰਿਕ ਇਹਨਾਂ ਨੂੰ ਦੁੱਧ ਦੇ ਅੰਦਰ ਲੈਣੀ ਚਾਹੀਦੀ ਹੈ, ਤਕਰੀਬਨ 2.5 ਕੁ ਗ੍ਰਾਮ ਸਵੇਰੇ, 2.5 ਕੁ ਗ੍ਰਾਮ ਸ਼ਾਮੀ। ਰਾਦਰ ਟਰਮਰਿਕ ਤੇ ਸਾਰਿਆਂ ਨੇ ਲੈਣੀ ਚਾਹੀਦੀ ਹੈ। ਟਰਮਰਿਕ ਇੱਕ ਵੰਡਰ ਡਰੱਗ ਹੈ, ਇੱਥੇ ਅਵੇਲੇਬਲ ਵੀ ਹੈ ਜੀ। ਐਂਟੀਬਾਇਓਟਿਕ, ਐਂਟੀ ਇਨਫਲੇਮੇਟਰੀ, ਇਮਿਊਨਿਟੀ ਬੂਸਟਰ, ਇਮਿਊਨ ਸਿਸਟਮ ਨੂੰ ਬੂਸਟ ਕਰਦੀ ਹੈ, ਐਲਰਜੀਜ਼ ਨੂੰ ਠੀਕ ਕਰਦੀ ਹੈ, ਕੋਲੈਸਟ੍ਰੋਲ ਵੀ ਘਟਾਉਂਦੀ ਹੈ। ਇੰਨੀਆਂ ਖੂਬੀਆਂ ਨੇ, ਤੁਸੀਂ ਦੇਖੋ ਐਸੇ ਕਰਕੇ ਸਟਾਰਟਿੰਗ 'ਚ ਸਾਡੀ ਫੈਮਿਲੀ 'ਚ ਜਿਹੜਾ ਤੜਕਾ ਵੀ ਹੈ ਉਹ ਹਲਦੀ ਤੋਂ ਬਿਨਾਂ ਕੋਈ ਤੜਕਾ ਨਹੀਂ ਲੱਗਦਾ। ਅਤੇ ਇਸ ਕਰਕੇ ਤੁਸੀਂ ਇੱਕ ਇਸਬ ਗੋਲ ਜੀ ਅਤੇ ਇੱਕ ਹਲਦੀ, ਇਹ ਦੋ ਚੀਜ਼ਾਂ ਤੁਸੀਂ ਆਪਣੇ ਬੇਟੇ ਨੂੰ ਸਟਾਰਟ ਕਰੋ, ਉਹਨਾਂ ਵਾਸਤੇ ਬਹੁਤ ਵਧੀਆ ਰਹੇਗਾ। ਬਾਕੀ ਤੁਸੀਂ ਉਹਨਾਂ ਦੀਆਂ ਰਿਪੋਰਟਸ ਸਾਨੂੰ ਜ਼ਰੂਰ ਭੇਜੋ ਤਾਂ ਕਿ ਆਪਾਂ ਤੁਹਾਨੂੰ ਹੋਰ ਬੈਟਰ ਦੱਸ ਸਕੀਏ ਜੀ। ਥੈਂਕ ਯੂ ਸੋ ਮੱਚ। ਇੱਕ ਹੋਰ ਕਾਲ ਲੈ ਲੈਂਦੇ ਹਾਂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਪਲੀਜ਼ ਫੋਨ ਵੱਲ ਪੂਰਾ ਧਿਆਨ ਦਿਓ ਤੇ ਗੱਲ ਕਰੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਦੱਸੋ ਕਰਮ ਜੀ, ਦੱਸੋ ਕੀ ਕਹਿ ਰਹੇ। ਮੈਂ ਪੁੱਛਣਾ ਚਾਹੁੰਦੀ ਸੀ ਡਾਕਟਰ ਸਾਹਿਬ ਕੋਲੋਂ, ਮੇਰੇ ਨਾ ਥਾਇਰਾਇਡ ਦੀ ਪ੍ਰੋਬਲਮ ਬਾਰੇ ਪੁੱਛਣਾ। ਮੈਂ ਮੇਰੇ
ਥਾਇਰਾਇਡ ਦੀ ਟੈਬਲੇਟ ਲੈਂਦੀ ਮੈਂ 150 mg ਤੇ ਪਲੱਸ ਮੈਂ ਪ੍ਰੀ ਡਾਇਬਟਿਕ ਹਾਂ ਤੇ ਇੱਕ ਨਾ ਮੇਰੀ ਸਕਿਨ ਦੀ ਪ੍ਰੋਬਲਮ ਹੈ ਸਕਿਨ ਨੂੰ ਹੱਥ ਲਾਏ ਤਾਂ ਪੇਨ ਹੁੰਦੀ ਆ ਸਕਿਨ ਨਾ ਤਾਂ ਉਹਦੇ ਲਈ ਮੈਂ ਕਿੱਦਾਂ ਦੀ ਜਿੱਦਾਂ ਫੂਡ ਕਿੱਦਾਂ ਦਾ ਫੂਡ ਲੈ ਸਕਦੀ ਹਾਂ ਕਿ ਮੈਨੂੰ ਮਤਲਬ ਐਨਰਜੀ ਲੋ ਨਾ ਜਾਵੇ ਮਤਲਬ ਵੀਕਨੈਸ ਵੀ ਫੀਲ ਹੁੰਦੀ ਆ ਪਲੀਜ਼ ਮੈਨੂੰ ਦੱਸਣਾ ਵੀ ਫੂਡ ਦੇ ਵਿੱਚ ਕੀ ਲੈ ਸਕਦੀ ਹਾਂ ਕਿੱਦਾਂ ਆਪਣੇ ਥਾਇਰਾਇਡ ਨੂੰ ਠੀਕ ਹੈ ਕਰਮਜੀਤ ਸਕਦੀ ਹਾਂ ਮੈਂ ਕਲੌਂਜੀ ਜਿਹਨੂੰ ਆਪਾਂ ਪਿਆਜ ਦੇ ਬੀਜ ਵੀ ਕਹਿੰਦੇ ਹਾਂ ਕਲੌਂਜੀ ਬੈਸਟ ਮੈਡੀਸਿਨ ਹੈ ਜੀ ਥਾਇਰਾਇਡ ਵਾਸਤੇ ਕੋਸ਼ਿਸ਼ ਕਰੋ ਕਿ ਕਲੌਂਜੀ ਤੁਸੀਂ 5 ਗ੍ਰਾਮ ਰੋਜ਼ ਦੀ ਖਾਣੀ ਸ਼ੁਰੂ ਕਰੋ 2.5 ਗ੍ਰਾਮ ਸਵੇਰੇ ਤੇ 2.5 ਗ੍ਰਾਮ ਸ਼ਾਮੀ ਗਰਮ ਪਾਣੀ ਦੇ ਨਾਲ ਜਿਹੜੀ ਸੈਕਿੰਡ ਵੰਡਰ ਡਰੱਗ ਹੈ ਫਿਰ ਥਾਇਰਾਇਡ ਵਾਸਤੇ ਦੈਟ ਇਜ਼ ਵਾਰਮ ਵਾਟਰ ਇਟਸੈਲਫ ਗਰਮ ਪਾਣੀ ਆਪਣੇ ਆਪ 'ਚ ਥਾਇਰਾਇਡ ਦੀ ਇੱਕ ਦਵਾਈ ਹੈ ਐਕਚੁਲੀ ਆਯੁਰਵੇਦ ਕੀ ਮੰਨਦਾ ਵੈ ਕਿ ਜਦੋਂ ਕਿਸੇ ਨੂੰ ਥਾਇਰਾਇਡ ਹੋ ਜਾਂਦਾ ਵੈ 13 ਪ੍ਰਕਾਰ ਦੀਆਂ ਅਗਨੀਆਂ ਮੰਨੀਆਂ ਜਾਂਦੀਆਂ ਨੇ ਆਯੁਰਵੇਦ ਦੇ ਅੰਦਰ ਮੈਟਾਬੋਲਿਕ ਫਾਇਰਸ ਇਹ ਮੰਨਿਆ ਜਾਂਦਾ ਵੈ ਕਿ ਬੰਦੇ ਦੀ ਮੈਟਾਬੋਲਿਕ ਫਾਇਰ ਜਿਹੜੀ ਹੈ ਇਟ ਹੈਜ਼ ਬਿਕਮ ਲੋਅਰਡ ਅਪ ਉਸ ਕੇਸ 'ਚ ਕਲੌਂਜੀ ਇਜ਼ ਅ ਵੰਡਰ ਡਰੱਗ ਪੁਰਾਣੇ ਜ਼ਮਾਨੇ 'ਚ ਆਪਾਂ ਜੇ ਅਚਾਰ ਵੀ ਦੇਖੀਏ ਨਾ ਦੇਖੋ ਜੇ ਅੰਬ ਦਾ ਅਚਾਰ ਸੀ ਜਾਂ ਕੋਈ ਵੀ ਸੀ ਸਾਰਿਆਂ 'ਚ ਕਲੌਂਜੀ ਹੁੰਦੀ ਸੀ ਲੋਕੀ ਘਰਾਂ 'ਚ ਅਚਾਰ ਵਗੈਰਾ ਪਾਉਂਦੇ ਸੀ ਅੱਜ ਜਿਹੜੇ ਅਚਾਰ ਨੇ ਉਹਨਾਂ 'ਚ ਕਲੌਂਜੀ ਨਹੀਂ ਮਿਲਦੀ ਸਾਨੂੰ ਕਲੌਂਜੀ ਇਜ਼ ਵੈਰੀ ਗੁੱਡ ਅਨਦਰ ਥਿੰਗ ਜਵੈਨ ਜਵੈਨ ਈਜ਼ੀਲੀ ਅਵੇਲੇਬਲ ਹੈ ਸਾਡੀ ਕਿਚਨ ਦੇ ਅੰਦਰ ਇਫ ਕਲੌਂਜੀ ਇਜ਼ ਮਿਕਸਡ ਵਿਦ ਜਵੈਨ ਐਂਡ ਦ ਥਰਡ ਥਿੰਗ ਮੇਥੀ ਇਜ਼ ਐਡਿਡ ਇਨ ਇਟ ਮੇਥਰੇ ਜਿਹੜੇ ਨੇ ਤਾਂ 3 ਚੀਜ਼ਾਂ ਮਿਕਸ ਕਰਨੀਆਂ ਜੀ ਆਪਾਂ ਕਲੌਂਜੀ ਜਵੈਨ ਅਤੇ ਮੇਥਰੇ ਤਕਰੀਬਨ ਤੁਸੀਂ 2.5-2.5 ਗ੍ਰਾਮ ਤਿੰਨਾਂ ਦਾ ਪਾ ਸਕਦੇ ਹੋ ਗਰਮ ਪਾਣੀ ਨਾਲ ਤੁਸੀਂ ਸਟਾਰਟ ਕਰਨੇ ਨੇ ਤੁਸੀਂ ਹੁਣੇ ਮੈਂ ਦੱਸਿਆ ਕਿ ਨਾਲ ਥਾਇਰਾਇਡ ਦੀ ਪ੍ਰੋਬਲਮ ਹੈ ਨਾਲ ਡਾਇਬਟਿਕ ਵੀ ਹੋ ਤੁਸੀਂ ਦੇਖੋਗੇ ਇਹਦੇ ਨਾਲ HbA1c ਵੀ ਇੰਪਰੂਵ ਆਏਗਾ ਤੁਹਾਡਾ ਉਹਦੇ ਨਾਲ ਨਾਲ ਤੁਹਾਡਾ ਥਾਇਰਾਇਡ ਵੀ ਪਹਿਲਾਂ ਨਾਲੋਂ ਬੈਟਰ ਹੋਏਗਾ ਲੇਕਿਨ ਤੁਸੀਂ 150 mg ਦੀ ਥਾਇਰਾਨੋਮ ਖਾ ਰਹੇ ਹੋ ਇੱਕਦਮ ਨਾ ਬੰਦ ਕਰਿਓ ਹੌਲੀ ਹੌਲੀ ਕਰਕੇ ਕੁਛ ਲਾਈਫ ਸਟਾਈਲ ਚੇਂਜਿਸ ਨੇ ਕਪਾਲ ਭਾਤੀ ਵਗੈਰਾ ਜਿਹੜੀ ਤੁਸੀਂ ਕਰਨੀਆਂ ਨੇ ਪਲੱਸ ਇਹਨਾਂ ਦਾ ਸੇਵਨ ਕਰਨਾ ਹੈ 150 ਤੋਂ ਯੂ ਸ਼ੁੱਡ ਸ਼ਿਫਟ ਟੂ 100 mg 100 mg ਤੋਂ ਇਟ ਵਿਲ ਬੀ 40 mg ਜਿਸ ਤਰ੍ਹਾਂ ਸਟੈਪ ਬਾਏ ਸਟੈਪ ਟੇਪਰ ਡਾਊਨ ਕਰਨਾ ਹੈ ਆਲ ਆਫ ਅ ਸਡਨ ਬੰਦ ਨਾ ਕਰਨਾ ਤੁਸੀਂ ਕਿਉਂਕਿ ਸਾਡਾ ਮਕਸਦ ਹੈ ਵੈ ਤੁਸੀਂ ਪਹਿਲੇ ਨਾਲੋਂ ਹੋਰ ਬੈਟਰ ਹੋਵੋ ਨਾ ਕੀ ਹੈ ਕਿ ਤੁਹਾਨੂੰ ਕੋਈ ਪ੍ਰੋਬਲਮ ਆਏ ਠੀਕ ਹੈ ਬਿਲਕੁਲ ਸੋ ਜਿਸ ਤਰ੍ਹਾਂ ਆਈ ਥਿੰਕ ਜੋ ਡਾਕਟਰ ਸਾਹਿਬ ਦੱਸ ਰਹੇ ਨੇ ਉਹ ਲੈ ਕੇ ਤੇ ਫਿਰ ਗਿਵ ਯੂ ਸਿਰਫ ਟਾਈਮ ਕੁਝ ਦੇਰ ਲੈ ਕੇ ਕਿੰਨੇ ਕਹਿੰਦੇ ਹੋ ਡਾਕਟਰ ਤਕਰੀਬਨ ਮਹੀਨਾ ਕੁ ਜਦੋਂ ਲੈਂਦੇ ਹੋ ਜਾਵੇ ਨਾ ਦੈਨ ਇਹਨਾਂ ਨੂੰ ਦੁਬਾਰਾ ਟੈਸਟ ਕਰਵਾਉਣਾ ਚਾਹੀਦਾ ਹੈ ਹਾਂ ਟੈਸਟ ਕਰਾ ਕੇ ਫਿਰ ਆਪਣੀ ਕੋਈ ਜਿਹੜੀ ਦਵਾਈ ਹੈ ਉਹਨੂੰ ਚੇਂਜ ਕਰ ਸਕਦੇ ਹੋ ਔਰ ਇਹਦੇ ਨਾਲ ਸਭ ਤੋਂ ਵੱਡਾ ਫਾਇਦਾ ਇਹਨਾਂ ਨੂੰ ਇਹ ਮਿਲਣਾ ਜੀ ਦੇਖੋ ਜਿਹਨਾਂ ਕਹਿ ਰਹੇ ਸੀ ਕਿ ਮੇਰੀ એનર્ਜੀ ਲੈਵਲ ਘੱਟ ਹੈ ਕਲੌਂਜੀ ਤੇ ਸਾਨੂੰ ਜਿੰਨੇ ਲੋਕ ਸੁਣ ਰਹੇ ਨੇ ਸ਼ੀ ਇਜ਼ ਅ ਯੰਗ ਮਦਰ ਡਾਕਟਰ ਸਾਹਿਬ ਸ਼ੀ ਇਜ਼ ਨਾ ਸ਼ੀ ਇਜ਼ ਗਾਟ ਅ ਵੈਰੀ ਸਮਾਲ ਬੇਬੀ ਸੋ ਉਹ ਕਾਫੀ ਐਗਜ਼ੌਸਟਿੰਗ ਵੈਸੇ ਹੀ ਮਮਸ ਵਾਸਤੇ ਹੁੰਦਾ ਹੈ ਪਰ ਲੋ એનર્ਜੀ ਇਜ਼ ਬਾਦਰਿੰਗ ਹਰ ਹੁਣ ਮੈਨੂੰ ਇਹ ਵੀ ਨਹੀਂ ਪਤਾ ਕਿ ਗਰਮ ਦੁੱਧ ਇੱਥੇ ਲੋਕੀ ਕਿੰਨਾ ਕੁ ਪੀ ਰਹੇ ਨੇ ਗਰਮ ਦੁੱਧ ਪੀਣਾ ਬਹੁਤ ਹੀ ਜ਼ਰੂਰੀ ਹੈ ਠੀਕ ਹੈ ਫਿਰ ਕਰਮਜੀਤ ਤੁਸੀਂ ਐਂਡ ਮੈਨੀ ਪੀਪਲ ਲਾਈਕ ਯੂ ਗਰਮ ਦੁੱਧ ਰਾਤ ਨੂੰ ਬਿਲਕੁਲ ਜੀ ਦੇਖੋ ਜੀਵਨੀਆਂ ਗਨਾ ਚ ਆਯੁਰਵੇਦ ਚ ਆਚਾਰੇ ਵਾਗਭਟ ਨੇ ਬੜੇ ਵੱਡੇ ਆਚਾਰੇ ਨੇ ਜਿਨ੍ਹਾਂ ਨੇ ਕਾਫੀ ਨੋਲੇਜੇਬਲ ਇਨਫੋਰਮੇਸ਼ਨ ਦਿੱਤੀਆਂ ਨੇ ਉਹਨਾਂ ਨੇ ਕਿਹਾ ਕਿ ਜੀਵਨੀਆਂ ਗਨਾ ਚ ਗਰਮ ਦੁੱਧ ਜਿਹੜਾ ਵਾ ਸਭ ਤੋਂ ਉੱਪਰ ਹੈ ਬੰਦਾ ਹੋਰ ਕੁਛ ਲਵੇ ਜਾਂ ਨਾ ਲਵੇ ਜੇ ਉਹ ਚਾਹੁੰਦਾ ਮੇਰਾ ਜੀਵਨ ਯਾਪਨ ਵਧੀਆ ਹੁੰਦਾ ਰਹੇ ਮੇਰੀ ਏਜਿੰਗ ਲੇਟ ਹੋਏ ਗਰਮ ਦੁੱਧ ਬਹੁਤ ਹੀ ਵਧੀਆ ਚੀਜ਼ ਹੈ ਤਾਂ ਜ਼ਰੂਰ ਪੀਆ ਕਰੋ ਜੀ ਅਸੀਂ ਇਹ ਸਾਰਾ ਬਹੁਤ ਸੁਣਿਆ ਪਰ ਇੱਥੇ ਦੁੱਧ ਦੇ ਅਗੇਂਸਟ ਕਾਫੀ ਪ੍ਰੋਪਗੈਂਡਾ ਹੈ ਰਾਈਟ ਨਾਓ ਨਾ ਬਿਕੋਜ਼ ਉਹ ਵੀਡੀਓਜ਼ ਜਿਸ ਤਰ੍ਹਾਂ ਦੁੱਧ ਲੈਂਦੇ ਨੇ ਔਰ ਕਾਫਸ ਨੂੰ ਕਿਸ ਤਰ੍ਹਾਂ ਬਹੁਤ ਯੰਗਸਟਰਸ ਮੈਨੂੰ ਮਿਲਦੇ ਨੇ ਜਿਹੜੇ ਕਿ ਐਂਟਾਈ ਮਿਲਕ ਹੋਏ ਹੋਏ ਆ ਉਹ ਸਾਰਾ ਉਹਨਾਂ ਨੇ ਮਤਲਬ ਇਹ ਨਹੀਂ ਕੋਈ ਇੰਟੋਲਰੈਂਸ ਹੈ ਬਟ ਬਾਈ ਚੋਇਸ ਉਹਨਾਂ ਨੇ ਕੋਈ ਵੀ ਮਿਲਕ ਐਂਡ ਮਿਲਕ ਪ੍ਰੋਡਕਟਸ ਨੂੰ ਬੰਦ ਕੀਤਾ ਹੋਇਆ ਦੇਖੋ ਸੋ ਉਹ ਵੀ ਜ਼ਰਾ ਨਹੀਂ ਨਹੀਂ ਡੈਫੀਨੇਟਲੀ ਲੇਕਿਨ ਜਦੋਂ ਆਪਾਂ ਗੱਲ ਕਰੀਏ ਆਪਣੇ ਸਰੀਰ ਦੀ ਮੈਂ ਉਸ ਬਾਰੇ ਤੇ ਨਹੀਂ ਕਮੈਂਟ ਕਰ ਸਕਦਾ ਕਾਫਸ ਨਾਲ ਇੱਥੇ ਉਹ ਬੜਾ ਹੈ ਕਿ ਹਾਰਮੋਨਲ ਜਾਂ ਕੁਝ ਮਿਲਕ ਜਿਹੜੇ ਪੈਸਚਰਾਈਜ਼ ਮਿਲਕਸ ਹੈਗੇ ਵੀ ਉਹਨਾਂ ਦਾ ਦਮ ਹੈਗਾ ਉਹਦੇ ਚ ਕਿ ਨਹੀਂ ਕੋਈ ਹੋਰ ਸਬਸਟ ਬੜਾ ਸੋ ਓਵਰ ਦਾ ਪੈਕੇਟਸ ਓਵਰ ਇਹ ਇੱਕ ਬੜੀ ਚੰਗੀ ਚੀਜ਼ ਲੱਗੀ ਮੈਨੂੰ ਕਿ ਉਹਨਾਂ ਨੇ ਕਲੀਅਰਲੀ ਲਿਖਿਆ ਹੋਇਆ ਸਾਰੇ ਪੈਕੇਟਸ ਤੇ ਕਿ ਵੀ ਦਾ ਕਾਊਜ਼ ਔਰ ਫੈਡ ਔਨ ਨੈਚੁਰਲ ਫੀਡ ਔਰ ਕੋਈ ਇੰਜੈਕਸ਼ਨਸ ਵਗੈਰਾ ਉਹਨਾਂ ਨਹੀਂ ਦਿੱਤੇ ਗਏ ਸੋ ਸਪੈਸ਼ਲੀ ਬਾਏ ਦੈਟ ਹਾਂ ਮਤਲਬ ਉਹ ਇੱਕ ਅੱਛੀ ਚੀਜ਼ ਲੱਗੀ ਮੈਨੂੰ ਸਗੋਂ ਕਿ ਵੀ ਇੱਥੇ ਰਾਦਰ ਇਹਨਾਂ ਨੂੰ ਪਿਓਰ ਮਿਲਕ ਮਿਲ ਰਿਹਾ ਵਾ ਇੰਡੀਆ ਨਾਲੋਂ ਵੀ ਬੈਟਰ ਮਿਲਕ ਮਿਲ ਰਿਹਾ ਵਾ ਤੇ ਮਿਲਕ ਜੇ ਗਰਮ ਦੁੱਧ ਲੈ ਸਕੋ ਤੁਸੀਂ ਤੁਸੀਂ ਮਨ ਅੰਦਰ ਮੱਥਾ ਟੇਕੋ ਜ਼ਰੂਰ ਕਿ ਵੀ ਆਪਾਂ ਕਾਓ ਸਾਨੂੰ ਮਿਲਕ ਦੇ ਰਹੀ ਹੈ ਉਸ ਚੀਜ਼ ਵਾਸਤੇ ਤਾਂ ਕਿ ਆਪਾਂ ਸਪਿਰਿਚੁਅਲੀ ਵੀ ਇੱਕ ਕਾਓ ਦਾ ਥੈਂਕ ਕਰ ਰਹੇ ਹਾਂ ਸਾਨੂੰ ਜੀਵਨੀਆਂ ਗਨਾ 'ਚ ਸਭ ਤੋਂ ਸ਼੍ਰੇਸ਼ਟ ਚੀਜ਼ ਜਿਹੜੀ ਕਿ ਮਿਲਕ ਹੈ ਉਹ ਦੇ ਰਹੀ ਹੈ ਔਰ ਵੈਸੇ ਵੀ ਦੇਖੋ ਇੱਕ ਕਾਫ ਵਾਸਤੇ ਜਿੰਨਾ ਮਿਲਕ ਚਾਹੀਦਾ ਹੈ ਕਾਓ ਉਸ ਤੋਂ ਕਿਤੇ ਜ਼ਿਆਦਾ ਪ੍ਰੋਡਿਊਸ ਕਰ ਰਹੀ ਹੈ ਅਤੇ ਕਿਤੇ ਨਾ ਕਿਤੇ ਕੁਦਰਤ ਨੇ ਉਹ ਇਨਸਾਨਾਂ ਵਾਸਤੇ ਦਿੱਤਾ ਹੈ ਇਨਸਾਨਾਂ ਵਾਸਤੇ ਬੜਾ ਲਾਭਕਾਰੀ ਹੈ ਠੀਕ ਹੈ ਠੀਕ ਹੈ ਬਹੁਤ ਵਧੀਆ ਥੈਂਕ ਯੂ ਸੋ ਮੱਚ ਯੂ ਨੋ ਕਰਮਜੀਤ ਐਂਡ ਐਨੀਬਡੀ ਹੂ ਰਿਲੇਟਸ ਟੂ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਨਿੱਤੂ ਬੋਲ ਰਹੀ ਹਾਂ ਹਾਂਜੀ ਦੱਸੋ ਐਕਚੁਅਲੀ ਮੈਂ ਪਤਾ ਕਰਨਾ ਸੀ ਸਾਡਾ ਨਾ 1.25 ਸਾਲ ਦਾ ਬੇਬੀ ਹੈਗਾ ਤੇ ਉਹਨੂੰ
ਕੋਈ ਐਗਜ਼ੀਮਾ ਹੈਗਾ ਐਗਜ਼ੀਮਾ ਓਕੇ ਹਾਂਜੀ ਤੇ ਦਵਾਈਆਂ ਲਗਾ ਰਹੇ ਹਾਂ ਅਸੀਂ ਡਾਕਟਰਸ ਨੇ ਦਿੱਤੀਆਂ ਨੇ ਜਿਹੜੀਆਂ ਪਰ ਵਾਪਸ ਤੇ ਦੁਬਾਰਾ ਹੋ ਜਾਂਦਾ ਹੈਗਾ ਦੇਖੋ ਇੱਕ ਕਾਮਨ ਜਿਹੜੀ ਬੜੀ ਸਿੰਪਲ ਜਿਹੀ ਚੀਜ਼ ਐਗਜ਼ੀਮਾ ਦੇ ਕੇਸ 'ਚ ਬੱਚਿਆਂ 'ਚ ਖਾਸ ਤੌਰ 'ਤੇ ਕੀਤੀ ਜਾ ਸਕਦੀ ਦੈਟ ਇਜ਼ ਕੋਕੋਨਟ ਆਇਲ ਅੱਛਾ ਕੋਕੋਨਟ ਆਇਲ ਈਜ਼ੀਲੀ ਅਵੇਲੇਬਲ ਹੈ ਇੱਥੇ ਵੀ ਮਾਰਕੀਟ ਦੇ ਅੰਦਰ ਬਿਲਕੁਲ ਸਭ ਤੋਂ ਪਹਿਲੇ ਤਾਂ ਆਪਾਂ ਇਹ ਸਟਾਰਟ ਕਰਨਾ ਵਾ ਇਹਨਾਂ ਦੇ ਕੇਸ 'ਚ ਕਿ ਕੋਕੋਨ ਉਹਨੂੰ ਐਕਚੁਅਲੀ ਨਟਸ ਤੋਂ ਐਲਰਜੀ ਹੈਗੀ ਹੈ ਕਿੱਥੋਂ ਐਲਰਜੀ ਹੈ ਜੀ ਉਹਨੂੰ ਪੀਨਟਸ ਤੋਂ ਅੱਛਾ ਅੱਛਾ ਐਲਰਜੀ ਹੈਗੀ ਤੇ ਉਹਦਾ ਟੈਸਟ ਹੁਣ ਕਰਵਾ ਰਹੇ ਹਾਂ ਅਸੀਂ ਦੂਸਰੀ ਚੀਜ਼ ਹੈ ਵੈ ਮਤਲਬ ਮੈਂ ਐਲਰਜੀ ਟੈਸਟ ਦੇ ਅਗੇਂਸਟ ਮੈਂ ਨਹੀਂ ਹੈਗਾ ਲੇਕਿਨ ਹੁੰਦਾ ਕੀ ਹੈ ਕਿ ਵੈਨਵਰ ਐਨੀਵਨ ਗੋਸ ਫੋਰ ਐਲਰਜੀ ਟੈਸਟ ਇੱਕ ਵੱਖਰੀ ਵੱਖਰੀ ਤਰ੍ਹਾਂ ਦੀ ਐਲਰਜੀ ਉਹਨਾਂ ਨੂੰ ਦੱਸਦੀਆਂ ਜਾਂਦੀਆਂ ਨੇ ਹੁਣ ਆਯੁਰਵੇਦ ਕੀ ਮੰਨਦਾ ਵੈ ਆਯੁਰਵੇਦ ਇਹ ਕਹਿੰਦਾ ਵੈ ਕਿ ਤੁਸੀਂ ਇੱਕ ਇੱਕ ਚੀਜ਼ ਦੀ ਐਲਰਜੀ ਠੀਕ ਨਹੀਂ ਕਰ ਸਕਦੇ ਲੇਕਿਨ ਤੁਸੀਂ ਇਮਿਊਨ ਸਿਸਟਮ ਨੂੰ ਇੰਨਾ ਸਟਰੋਂਗ ਕਰ ਦਵੋ ਕਿ ਈਵਨ ਇਫ ਯੂ ਗੈਟ ਇਨ ਕੰਟੈਕਟ ਵਿਦ ਐਨ ਐਲਰਜਨ ਰਾਈਟ ਤੁਹਾਨੂੰ ਐਲਰਜੀ ਤੰਗ ਨਾ ਕਰੇ ਸੋ ਦੈਟ ਇਜ਼ ਵਾਟ ਵੀ ਸ਼ੁੱਡ ਡੂ ਇਨ ਦ ਚਾਈਲਡਸ ਕੇਸ ਇਸ ਬੱਚੇ ਦੇ ਕੇਸ 'ਚ ਜੀ ਇੱਕ ਤਾਂ ਮੈਂ ਚਾਹਾਂਗਾ ਅਗਰ ਤੁਸੀਂ ਹਲਦੀ ਇਸਤੇਮਾਲ ਕਰਦੇ ਹੋ ਤਕਰੀਬਨ 500 ਮਿਲੀਗ੍ਰਾਮ ਹੁੰਦਾ ਜੀ ਚਮਚੇ ਦਾ ਤਕਰੀਬਨ 10ਵਾਂ ਹਿੱਸਾ ਚਮਚੇ ਦਾ 10ਵਾਂ ਹਿੱਸਾ ਤੁਸੀਂ ਹਲਦੀ ਦਾ ਬੱਚੇ ਨੂੰ ਦੇਣਾ ਸ਼ੁਰੂ ਕਰੋ ਯੂ ਕੈਨ ਗਿਵ ਇਟ ਇਨ ਮਿਲਕ ਤੁਸੀਂ ਹਨੀ ਦੇ ਨਾਲ ਦੇ ਸਕਦੇ ਹੋ ਐਂਡ ਤੁਸੀਂ ਜੇ ਡਰਦੇ ਹੋ ਇਸ ਚੀਜ਼ ਤੋਂ ਕਿ ਕੋਕੋਨਟ ਆਇਲ ਕਿਤੇ ਤੰਗ ਨਾ ਕਰੇ ਤੇ ਕੰਨ ਦੇ ਪਿਛਲੇ ਹਿੱਸੇ 'ਚ ਇੱਥੇ ਕਰਕੇ ਤੁਸੀਂ ਸਭ ਤੋਂ ਪਹਿਲੇ ਈਅਰ ਟੈਸਟਿੰਗ ਕਹਿੰਦੇ ਨੇ ਇਹਨੂੰ ਤੁਸੀਂ ਕੰਨ ਦੇ ਪਿਛਲੇ ਹਿੱਸੇ 'ਚ ਜਿਹੜਾ ਵਾ ਅਪਲਾਈ ਕਰਕੇ ਦੇਖੋ ਤੇ ਮੇਰੇ ਹਿਸਾਬ ਨਾਲ ਕੋਈ ਪ੍ਰੋਬਲਮ ਨਹੀਂ ਆਏਗੀ ਸਭ ਤੋਂ ਪਹਿਲੇ ਆਪਾਂ ਕੋਕੋਨਟ ਆਇਲ ਸਟਾਰਟ ਕਰਾਂਗੇ ਦੈਨ ਵੀ ਵਿਲ ਮਿਕਸ ਕੈਂਫਰ ਆਇਲ ਇਨ ਇਟ ਜਿਹੜਾ ਮੁਸ਼ਕਪੂਰ ਦਾ ਤੇਲ ਹੈ ਕੈਂਫਰ ਦਾ ਆਇਲ ਹੈ ਉਹ ਸੈਕਿੰਡ ਸਟੈਪ ਹੈ ਕੀ ਸੌਰੀ ਕਮ ਅਗੇਨ ਮਾਲਿਸ਼ ਵੀ ਕਰ ਸਕਦੇ ਹੈਗੇ ਇਹਨੂੰ ਉਹ ਆਪਾਂ ਬਿਲਕੁਲ ਜੀ ਉਹ ਆਪਾਂ ਸਟਾਰਟ ਕਰਵਾਵਾਂਗੇ ਤਕਰੀਬਨ 15 ਜਾਂ 20 ਦਿਨਾਂ ਬਾਅਦ ਜਦੋਂ ਤੁਹਾਡੇ ਬੱਚੇ ਨੂੰ ਤੁਸੀਂ ਹਲਕਾ ਹਲਕਾ ਕੋਕੋਨਟ ਆਇਲ ਲਗਵਾ ਲਓਗੇ ਉਸ ਤੋਂ ਬਾਅਦ ਸੈਕਿੰਡ ਸਟੈਪ ਦੇ ਅੰਦਰ ਆਪਾਂ ਇਹ ਕਰਾਂਗੇ ਕਿ ਵੀ ਆਪਾਂ ਮਾਲਿਸ਼ ਵੀ ਕਰਵਾਈਏ ਬੱਚੇ ਦੀ ਕੋਕੋਨਟ ਆਇਲ ਨਾਲ ਬਟ ਟੂ ਬਿਗਨ ਵਿਦ ਮੈਂ ਚਾਹਾਂਗਾ ਕਿ ਤੁਸੀਂ ਹਲਕਾ ਹਲਕਾ ਅਪਲਾਈ ਕਰਨਾ ਸ਼ੁਰੂ ਕਰੋ ਔਰ ਹਲਦੀ ਜ਼ਰੂਰ ਦਿਓ ਬੱਚੇ ਨੂੰ ਬੇਸ਼ੱਕ ਇਨ ਮਿਲਕ ਦੇ ਦਿਓ ਬੇਸ਼ੱਕ ਇਨ ਹਨੀ ਦੇ ਦਿਓ ਓਕੇ ਇੱਕ ਕੁਐਸਚਨ ਹੋਰ ਡਾਕਟਰ ਸਾਹਿਬ ਪਲੀਜ਼ ਇੱਕ ਕੁਐਸਚਨ ਹੋਰ ਹਾਂਜੀ ਹਾਂਜੀ ਬੇਟਾ ਹੈਗਾ ਤੇ ਉਹ ਨਾ ਜਦੋਂ ਕਈ ਵਾਰ ਖਾਂਦਾ ਹੈ ਉਹਨੂੰ ਉਹਦੇ ਨਾ ਮਤਲਬ ਅਟਕ ਜਾਂਦਾ ਹੈ ਤੇ ਜਦੋਂ ਉਹ ਕੱਢਦਾ ਹੈ ਉਹਦੇ ਫੂਡ ਦੇ ਨਾਲ ਮਿਊਕਸ ਆਉਂਦੀ ਹੈ ਬਾਹਰ ਅੱਛਾ ਇਹ ਕਿੰਨੀ ਕੁ ਫ੍ਰੀਕੁਐਂਸੀ ਤੇ ਹੁੰਦਾ ਜੀ ਇਹ ਮਤਲਬ ਰੇਅਰਲੀ ਪਹਿਲੇ ਮਤਲਬ ਹੁੰਦਾ ਸੀਗਾ ਫਿਰ ਉਹਨੂੰ ਡਾਕਟਰ ਨੇ ਦਵਾਈ ਤੇ ਪਾਇਆ ਜ਼ੈਂਟੈਕ ਤੇ ਹੁਣ ਉਹ ਵਿੱਚ ਹਫਤੇ 2-3 ਵਾਰੀ ਜ਼ੈਂਟੈਕ ਲੈਂਦਾ ਹੈਗਾ ਪਰ ਹਾਊ ਓਲਡ ਇਜ਼ ਹੀ 1 ਇਅਰ ਕਿੰਨੀ ਏਜ ਕਿੰਨੀ ਦੱਸੀ ਤੁਸੀਂ ਦੇਖੋ ਉਹਦੇ ਕੇਸ 'ਚ ਦ ਬੈਸਟ ਥਿੰਗ ਇਜ਼ ਪਪਾਇਆ ਕੋਸ਼ਿਸ਼ ਕਰੋ ਪਪਾਇਆ ਇਜ਼ ਅਵੇਲੇਬਲ ਓਵਰ ਹੇਅਰ ਅਲਟੀਮੇਟਲੀ ਅਗਰ ਉਹ ਦੁਬਾਰਾ ਤੋਂ ਕੱਢ ਰਿਹਾ ਵਾ ਉਹਨੂੰ ਉਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਜਿਹੜਾ ਉਹਦੀ ਡਾਈਜੈਸਟਿਵ ਇਨਜ਼ਾਈਮਸ ਨੇ ਬੋਡੀ 'ਚ ਘਟਨੇ ਪਪਾਇਆ ਇਜ਼ ਦ ਬੈਸਟ ਸੋਰਸ ਆਫ ਨੈਚੁਰਲ ਇਨਜ਼ਾਈਮਸ ਰਾਦਰ ਦੈਨ ਕਿ ਉਹਨੂੰ ਕੋਈ ਦਵਾਈ ਦਿੱਤੀ ਜਾਏ ਤੁਸੀਂ ਕੋਸ਼ਿਸ਼ ਕਰੋ ਕਿ ਉਹਨੂੰ ਪਪਾਇਆ ਦਿਉ ਦੂਸਰੀ ਚੀਜ਼ ਜਿਹੜੀ ਉਸ 'ਤੇ ਬਹੁਤ ਚੰਗੀ ਉਹ ਹੈ ਹਿੰਗ ਤੁਸੀਂ ਕਰਨਾ ਕੀ ਹੈ ਮੈਂ ਇੱਕ ਆਇਲ ਦੀ ਰੈਸਿਪੀ ਦੇ ਰਿਹਾ ਜਿਹੜੇ ਸਾਰੇ ਲੋਕ ਬਣਾ ਸਕਦੇ ਨੇ ਇਟਸ ਵੈਰੀ ਈਜ਼ੀ ਟੂ ਮੇਕ ਇਟ ਤੁਸੀਂ ਤਕਰੀਬਨ 50 ਗ੍ਰਾਮ ਹਿੰਗ ਲੈ ਲੈਣਾ ਜੀ 50 ਗ੍ਰਾਮ ਹਿੰਗ ਦੇ ਅੰਦਰ ਤੁਸੀਂ ਪਾ ਲੈਣਾ ਵਾ ਤਕਰੀਬਨ 200 ml ਸੀਸਮੇ ਆਇਲ ਤੇਲ ਦਾ ਤੇਲ ਥਰਡ ਦੇ 'ਚ ਤੁਸੀਂ ਪਾ ਲੈਣਾ ਵਾ ਤਕਰੀਬਨ 500 ml ਮਿਲਕ ਹੁਣ ਤੁਸੀਂ ਇਹਨੂੰ ਸਿਮ ਦੇ ਉੱਪਰ ਰੱਖ ਲੈਣਾ ਗੈਸ ਦੇ ਉੱਪਰ ਹੌਲੀ ਹੌਲੀ ਕਰਕੇ ਵਿਦ ਇਨ ਨੈਕਸਟ 1-2 ਆਵਰਸ ਤੁਸੀਂ ਦੇਖੋਗੇ ਕਿ ਜਿਹੜਾ ਮਿਲਕ ਹੈ ਉਹ ਸਾਰਾ ਸੁੱਕ ਗਿਆ ਵਾ ਔਰ ਇਕੱਲਾ ਤੇਲ ਰਹਿ ਗਿਆ ਵਾ ਨਾਓ ਯੂ ਆਰ ਟੂ ਫਿਲਟਰ ਆਊਟ ਦਾ ਮਿਲਕ ਇਸ ਮਿਲਕ ਨੂੰ ਤੁਸੀਂ ਰੋਜ਼ ਹਲਕਾ ਹਲਕਾ ਬੱਚੇ ਦੇ ਪੇਟ ਦੇ ਉੱਪਰ ਨਾ ਮਸਾਜ ਕਰਨੀ ਹੈ ਤੁਸੀਂ ਜਿਹੜਾ ਨੈਵੀਕੁਲਸ ਹੈ ਬੱਚੇ ਦਾ ਉਹਦੇ 'ਚ ਕੁਛ ਡ੍ਰੋਪਸ ਵੀ ਰੱਖ ਸਕਦੇ ਹੋ ਇਸ ਆਇਲ ਦੀਆਂ ਅਪਲਾਈ ਕਰ ਸਕਦੇ ਹੋ ਖਾਸ ਤੌਰ 'ਤੇ ਤੁਸੀਂ ਦੇਖੋਗੇ ਉਹਦੇ ਨਾਲ ਉਹਨੂੰ ਡਾਈਜੈਸਟਿਵ ਬੈਨੀਫਿਟਸ ਬਹੁਤ ਸਾਰੇ ਮਿਲਣਗੇ ਸੋ ਇਟਸ ਅ ਵੈਰੀ ਗੁੱਡ ਥਿੰਗ ਤੁਸੀਂ ਇਹ ਚੀਜ਼ ਕਰਵਾਉਣੀ ਹੈ ਥੈਂਕ ਯੂ ਸੋ ਮਚ ਜੀ ਰੀਅਲੀ ਐਪਰੀਸ਼ੀਏਟ ਦਿਸ ਕੁਐਸਚਨ ਪਰ ਅਸੀਂ ਛੋਟੀ ਜੀ ਬ੍ਰੇਕ ਵੱਲ ਜਾਂਦੇ ਹਾਂ ਐਂਡ ਵੀ ਵਿਲ ਬੀ ਬੈਕ ਵੈਲਕਮ ਬੈਕ ਸਾਰਿਆਂ ਦਾ ਫਿਰ ਸਵਾਗਤ ਹੈ ਐਂਡ ਸਵਾਗਤ ਹੈ ਤੁਹਾਡਾ ਡਾਕਟਰ ਨਵਦੀਪ ਸ਼ਰਮਾ ਜੀ ਕਿ ਤੁਸੀਂ ਇੱਥੇ ਆਏ ਐਂਡ ਇੰਨੀਆਂ ਯੂ ਨੋ ਵਧੀਆ ਗੱਲਾਂ ਦੱਸ ਰਹੇ ਹੋ ਐਂਡ ਵਿਦਆਊਟ ਵੇਸਟਿੰਗ ਐਨੀ ਮੋਰ ਟਾਈਮ ਲੈਟ ਮੀ ਟੇਕ ਮੋਰ ਕਾਲਸ ਬਿਕੋਜ਼ ਸਾਰੀ ਮੇਰੀ ਵਿਊਅਰਸ ਰੀਅਲੀ ਵਾਂਟ ਟੂ ਟਾਕ ਟੂ ਯੂ ਹਾਂਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਜੀ ਹਾਂਜੀ ਮੈਂ ਰਵਿੰਦਰ ਬੋਲਦੀ ਹਾਂ ਇੱਥੋਂ ਕੈਨੇਡਾ ਤੋਂ ਜੀ ਰਵਿੰਦਰ ਜੀ ਦੱਸੋ ਮੇਰਾ ਡਾਕਟਰ ਸਾਹਿਬ ਨੂੰ ਸਵਾਲ ਹੈ ਕਿ ਮੇਰੇ ਨਾ ਹਸਬੈਂਡ ਦਾ ਕੋਲੇਸਟ੍ਰੋਲ ਹਾਈ ਆ ਜੀ ਡਾਕਟਰ ਸਾਹਿਬ ਨੇ ਦੱਸਿਆ ਕਿ ਹੁਣ ਸਾਡੇ ਖਾਣੇ ਦੇ ਵਿੱਚ ਥੋੜਾ ਤਰਲ ਹੋਣਾ ਚਾਹੀਦਾ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੀ ਸੀ ਕਿ ਉਹ 10 mg ਦੀ ਗੋਲੀ ਲੈਂਦੇ ਡਾਕਟਰ ਨੇ 20 ਦੀ ਕਰਤੀ ਆ
ਉਹਨਾਂ ਦਾ ਗੁੱਡ ਵਨ ਜਿਹੜਾ ਉਹ ਲੋ ਆ ਕੋਲੇਸਟ੍ਰੋਲ ਤੇ ਬੈਡ ਵਨ ਹਾਈ ਆ, ਕੀ ਉਹ ਮੈਂ ਉਹਨਾਂ ਨੂੰ ਖਾਣੇ ਵਿੱਚ ਥੋੜਾ ਤਲ ਦੇ ਸਕਦੀ ਹਾਂ ਜਾਂ ਕੀ ਕਰ ਸਕਦੀ? ਬਿਲਕੁਲ ਜੀ, ਬਿਲਕੁਲ ਬਿਲਕੁਲ ਦੇ ਸਕਦੇ। ਸਵਾਲ ਬੜਾ ਚੰਗਾ ਇਹਨਾਂ ਦਾ, ਇਹਦਾ ਮਤਲਬ ਪੂਰਾ ਧਿਆਨ ਨਾਲ ਇਹਨਾਂ ਨੇ ਸੁਣਿਆ ਸਾਰੇ ਸਾਰੀ ਚੀਜ਼। ਦੇਖੋ ਜਿਹੜਾ ਤੁਸੀਂ ਉਹਨਾਂ ਨੂੰ ਫੈਟ ਦੇਣਾ ਵਾ, ਦੈਟ ਇਜ਼ ਫਲੈਕਸ ਸੀਡ, ਅਲਸੀ ਦਾ ਤੇਲ। ਅੱਛਾ, ਅਲਸੀ ਦਾ ਤੇਲ ਇੱਕ ਬਹੁਤ ਹੀ ਵਧੀਆ ਚੀਜ਼ ਹੈ, ਮਤਲਬ ਫਲੈਕਸ ਸੀਡ ਆਇਲ ਇਜ਼ ਵੈਰੀ ਗੁੱਡ ਆਇਲ, ਜਿਹੜਾ ਕਿ ਤੁਸੀਂ ਕੀ ਕਰਨਾ ਵਾ ਕਿ ਕੋਈ ਵੀ ਅਗਰ ਤੁਸੀਂ ਉਹਨਾਂ ਨੂੰ ਦੇ ਰਹੇ ਹੋ ਘੀ ਵਗੈਰਾ ਕੁਕਿੰਗ ਦੇ ਅੰਦਰ ਵੀ, ਐਟਲੀਸਟ 30-40% ਉਹਦੇ ਤੁਸੀਂ ਅਲਸੀ ਦਾ ਤੇਲ ਪਾ ਲਵੋ। ਉਹ ਇੱਕ ਐਸਾ ਆਇਲ ਹੈ ਜਿਹੜਾ ਕਿ ਉਹਨਾਂ ਨੂੰ ਤਰਲ ਵੀ ਦੇਵੇਗਾ, ਜਿਹੜਾ ਬੋਡੀ ਨੂੰ ਗੁੱਡ ਕੋਲੇਸਟ੍ਰੋਲ ਜਿਹੜਾ ਚਾਹੀਦਾ ਉਹ ਵੀ ਦੇਵੇਗਾ, ਤੇ ਉਹਦਾ ਬੈਡ ਕੋਲੇਸਟ੍ਰੋਲ ਘਟਾਏਗਾ। ਡਾਕਟਰ ਸਾਹਿਬ ਇੱਕ ਕੁੱਕ ਹੋ ਸਕਦਾ ਕਿ? ਹਾਂਜੀ ਹਾਂਜੀ, ਤੁਸੀਂ ਅਲਸੀ ਦੇ ਤੇਲ 'ਚ ਕੁਕਿੰਗ ਕਰ ਸਕਦੇ ਹੋ ਜੀ। ਉਹਦੇ 'ਚ ਤੁਸੀਂ ਧਿਆਨ ਹੈ ਦੇਣਾ ਵਾ ਕਿ ਸਾਰਾ ਅਲਸੀ ਦਾ ਤੇਲ ਨਹੀਂ ਹੋਣਾ ਚਾਹੀਦਾ। ਬੈਸਟ ਕੀ ਹੁੰਦਾ, ਮੈਂ ਆਪਣੇ ਪੇਸ਼ੈਂਟਸ ਨੂੰ ਵੈਸੇ ਵੀ ਗਾਈਡ ਕਰਦਾ, ਦੇਖੋ ਅੱਜ ਆਪਾਂ ਇੱਕ ਆਇਲ ਯੂਜ਼ ਕਰਦੇ ਹਾਂ ਸਾਰੇ ਦੇ ਸਾਰੇ ਬੰਦੇ, ਜਦਕਿ ਪੁਰਾਣੇ ਜ਼ਮਾਨੇ 'ਚ ਕਦੀ ਵੀ ਇੱਕ ਆਇਲ ਕੰਪਲੀਟ ਨਹੀਂ ਦੱਸਿਆ ਗਿਆ। ਇਹ ਦੱਸਿਆ ਗਿਆ ਕਿ ਯਮਕ ਜਾਂ ਮਿਸ਼ਰਕ ਇਹਨਾਂ ਦਾ ਯੂਜ਼ ਕਰੋ। ਯਮਕ ਇਜ਼ ਅ ਕੰਬੀਨੇਸ਼ਨ ਆਫ ਟੂ ਆਇਲਸ, ਦੋ ਆਇਲਸ ਦਾ ਕੰਬੀਨੇਸ਼ਨ ਹੈ ਯਮਕ। ਕਿ ਇਹਦੇ 'ਚ ਆਪਾਂ ਕੀ ਕਰਨਾ, ਇਸ ਤਰ੍ਹਾਂ ਅਲਸੀ ਦਾ ਤੇਲ ਅਤੇ ਤਿਲ ਦਾ ਤੇਲ ਜਿਸ ਤਰ੍ਹਾਂ ਮੈਂ ਕਹਿਤਾ ਮਿਕਸ ਕਰੋ, ਦੈਟ ਇਜ਼ ਯਮਕ। ਐਂਡ ਮਿਸ਼ਰਕ ਇਜ਼ ਈਵਨ ਦਾ ਬੈਸਟ, ਅ ਕੰਬੀਨੇਸ਼ਨ ਆਫ ਥਰੀ ਆਇਲਸ, ਤਿੰਨ ਆਇਲ ਮਿਕਸ ਕਰੋ। ਇਹਨਾਂ ਦੇ ਕੇਸ 'ਚ ਵੀ ਜਿਹੜੇ ਤੁਹਾਡੇ ਹਸਬੈਂਡ ਨੇ, ਬੈਸਟ ਹੈ ਜੀ ਤੁਸੀਂ ਤਕਰੀਬਨ 200 ml ਲਵੋ ਅਲਸੀ ਦਾ ਤੇਲ, ਉਸ ਤੋਂ ਬਾਅਦ ਤੁਸੀਂ ਪਾ ਲਓ ਤਕਰੀਬਨ 300-400 ml ਤਿਲ ਦਾ ਤੇਲ, ਅਤੇ ਬਾਕੀ ਯੂ ਕੈਨ ਯੂਜ਼ ਰਾਈਸ ਬ੍ਰੈਨ ਆਇਲ, ਚਾਵਲ ਦੇ ਛਿਲਕੇ ਦਾ ਤੇਲ। ਇਹ ਤਿੰਨੋਂ ਹੀ ਅਵੇਲੇਬਲ ਨੇ ਕੈਨੇਡਾ ਦੇ ਅੰਦਰ, ਕੋਸ਼ਿਸ਼ ਕਰੋ ਇਸਤੇਮਾਲ ਕਰੋ ਤੁਸੀਂ। ਸੋ ਕੈਨ ਵੀ ਜਸਟ ਮੇਕ ਅ ਕੰਪਾਊਂਡ ਇੱਕ ਵਿੱਚ ਬਣਾ ਕੇ ਰੱਖ ਲਓ? ਐਸਾ ਹੀ ਕਰਨਾ ਚਾਹੀਦਾ ਜੀ, ਔਰ ਕੁਕਿੰਗ 'ਚ ਯੂਜ਼ ਵੀ ਉਹੀ ਕਰਨਾ ਚਾਹੀਦਾ ਵਾ। ਆਪਾਂ ਲੋਕ ਕਰਦੇ ਨਹੀਂ, ਆਪਾਂ ਕੀ ਕਰਦੇ ਹਾਂ, ਗਏ ਮਾਰਕੀਟ 'ਚ ਇੱਕ ਪੈਕਟ ਲਿਆਂਦਾ, ਔਰ 'ਚ ਦੇਖੋ ਹਰ ਕੰਪਨੀ ਕਲੇਮ ਕਰ ਰਹੀ ਹੈ ਕਿ ਐਵਲਾ ਤੇਲ ਜ਼ਿਆਦਾ ਚੰਗਾ ਵਾ। ਜੇ ਕੋਈ ਸਨਫਲਾਵਰ ਆਇਲ ਬਣਾ ਰਿਹਾ ਹੋਵੇਗਾ, ਇਹ ਸਨਫਲਾਵਰ ਬੈਸਟ ਹੈ, ਜਿਹੜਾ ਆਇਲ ਵੀ ਕੋਈ ਬਣਾ ਰਿਹਾ। ਲੇਕਿਨ ਐਕਚੁਅਲ 'ਚ ਹੈ ਕਿ ਵੀ ਸ਼ੁਡ ਟੇਕ ਕੰਬੀਨੇਸ਼ਨ ਆਫ ਆਇਲਸ। ਇਹਨਾਂ ਦੇ ਹਸਬੈਂਡ ਦੇ ਕੇਸ 'ਚ ਵੀ ਅਗਰ ਤੁਸੀਂ ਇੱਕ ਕੰਬੀਨੇਸ਼ਨ ਆਫ ਆਇਲਸ ਯੂਜ਼ ਕਰਦੇ ਹੋ, ਤਾਂ ਬੋਡੀ ਦੀ ਜਿਹੜੀ ਗੁੱਡ ਕੋਲੇਸਟ੍ਰੋਲ ਦੀ ਰਿਕੁਆਇਰਮੈਂਟ ਹੈ ਉਹ ਵੀ ਪੂਰੀ ਹੋ ਜਾਏਗੀ, ਐਟ ਦਾ ਸੇਮ ਟਾਈਮ ਉਹਨਾਂ ਦਾ ਐਲਡੀਐਲ ਤੇ ਟ੍ਰਾਈਗਲਿਸਰਾਈਡਸ ਵਿਚ ਆਰ ਬੈਡ ਕੋਲੇਸਟ੍ਰੋਲ ਉਹ ਘਟਣਗੇ ਜੀ। ਡਾਕਟਰ ਸਾਹਿਬ ਇੱਥੇ ਓਲਿਵ ਆਇਲ ਦਾ ਵੀ ਕਾਫੀ ਸ਼ੋਰ ਹੈ, ਬਟ ਆਈ ਆਲਵੇਜ਼ ਸੇ ਕਿ ਯੂ ਨੋ ਉਹਨੂੰ ਸੈਲਡਸ ਵਗੈਰਾ ਵਿੱਚ ਜ਼ਿਆਦਾ ਬੈਟਰ ਹੈ, ਬਿਕੋਜ਼ ਕੁਕਿੰਗ ਟੈਂਪਰੇਚਰ ਉਹ ਜ਼ਿਆਦਾ ਨਹੀਂ ਲੈ ਸਕਦਾ। ਪਹਿਲਾਂ ਯੂਜ਼ ਕਰਦੀ ਸੀ, ਹੁਣ ਨਹੀਂ ਕਰਦੀ, ਹੁਣ ਅਸੀਂ ਕੈਨੋਲਾ ਆਇਲ ਯੂਜ਼ ਕਰਦੇ ਜਾਂ ਮੈਂ ਦੇਸੀ ਘੀ ਯੂਜ਼ ਕਰਦੀ। ਦੇਸੀ ਘੀ ਇਹਨ ਤੁਹਾਡੇ ਵਾਸਤੇ ਤੁਸੀਂ ਕਿੰਨਾ ਕੁ ਦੱਸ ਸਕਦੇ ਕਿ ਠੀਕ ਹੈ ਵਰਤਣ ਨੂੰ ਜਾਂ ਨਹੀਂ? ਤੁਸੀਂ ਜੀ 1 ਲੀਟਰ ਅਗਰ ਤੇਲ ਦਾ ਬਣਾਇਆ ਵਾ ਨਾ, ਉਸ 1 ਲੀਟਰ 'ਚ ਤੁਸੀਂ 100 ml ਦੇਸੀ ਘਿਓ ਪਾਉਣਾ ਵਾ। ਤੁਹਾਨੂੰ ਮੈਂ ਐਗਜ਼ੈਕਟ ਕੰਬੀਨੇਸ਼ਨ ਹੀ ਦੱਸ ਦਿੰਦਾ, ਤੁਸੀਂ 1 ਲੀਟਰ 'ਚ 100 ml ਪਾ ਲਓ ਦੇਸੀ ਘਿਓ, ਤਕਰੀਬਨ 200 ml ਪਾ ਲਓ ਤੁਸੀਂ ਅਲਸੀ ਦਾ ਤੇਲ, ਅਤੇ ਬਾਕੀ ਤੁਸੀਂ ਪਾ ਸਕਦੇ ਹੋ ਜਾਂ ਤਾਂ ਤਿਲ ਦਾ ਤੇਲ ਅਤੇ ਜਾਂ ਰਾਈਸ ਬ੍ਰੈਨ ਤੇਲ, ਚਾਵਲ ਦਾ ਛਿਲਕੇ ਦਾ ਤੇਲ ਜਾਂ ਤਿਲ ਦਾ ਤੇਲ ਤੁਸੀਂ ਕੁਕਿੰਗ 'ਚ ਯੂਜ਼ ਕਰੋਗੇ ਨਾ, 1-2 ਦਿਨ 3 ਦਿਨ ਤੁਹਾਨੂੰ ਲੱਗੇਗਾ ਕਿ ਇਹ ਟੇਸਟ ਥੋੜ੍ਹਾ ਲੱਗੇਗਾ ਵੈ, ਦੈਨ ਯੂ ਵਿਲ ਬਿਕਮ ਹੈਬਿਚੁਅਲ ਟੂ ਇਟ। ਉਹ ਬੜਾ ਫਾਇਦਾ ਕਰੇਗਾ, ਈਵਨ ਓਲਿਵ ਆਇਲ ਤੋਂ ਕਈ ਗੁਣਾ ਜ਼ਿਆਦਾ ਫਾਇਦਾ ਕਰੇਗਾ। ਓਲਿਵ ਆਇਲ ਤੇ ਕੁੱਕ ਕਰਨਾ ਇੰਨਾ ਚੰਗੀ ਗੱਲ ਨਹੀਂ ਹੁਣ। ਹਾਂਜੀ ਹਾਂਜੀ ਹਾਂਜੀ, ਠੀਕ ਹੈ ਜੀ, ਥੈਂਕ ਯੂ ਸੋ ਮਚ। ਇੱਕ ਕੁਐਸਚਨ ਮੇਰਾ ਹੋਰ ਹੈ, ਮੇਰਾ ਬੇਟਾ 25 ਸਾਲ ਦਾ, ਉਹ ਆਪਣੇ ਹੇਅਰ ਬਹੁਤ ਲੂਜ਼ ਕਰ ਰਿਹਾ ਸਿਰ ਤੋਂ, ਉਹਦੇ ਵਾਸਤੇ ਕੀ ਕਰ ਸਕਦੇ? ਦੇਖੋ ਉਹਨਾਂ ਦੇ ਹੇਅਰ 'ਚ ਕੋਈ ਇਚਿੰਗ ਜਾਂ ਕੁਛ ਐਸਾ ਤਾਂ ਨਹੀਂ ਹੈ ਨਾਲ? ਨਹੀਂ, ਇੱਦਾਂ ਨਹੀਂ। ਅਗਰ ਉਹਨਾਂ ਦੇ ਇਚਿੰਗ ਨਹੀਂ ਹੈ, ਕੁਛ ਨਹੀਂ ਹੈ, ਤਾਂ ਇਹ ਚੈੱਕ ਕਰਨਾ ਕਿ ਕਿਤੇ ਉਹ ਗਰਮ ਪਾਣੀ ਨਾਲ ਵਾਲ ਨਾ ਧੋਂਦੇ ਹੋਣ ਆਪਣੇ, ਕਿਉਂਕਿ ਕੈਨੇਡਾ 'ਚ ਠੰਡ ਹੈ, ਹੋ ਸਕਦਾ ਜਦੋਂ ਸ਼ਾਵਰ ਲੈਂਦੇ ਹੋਣਗੇ ਉਹ ਗਰਮ ਪਾਣੀ ਨਾਲ ਆਪਣੇ ਵਾਲ ਧੋਂਦੇ ਹੋਣਗੇ ਸਾਰੇ ਗਰਮ, ਤੇ ਬੋਡੀ ਵਾਸਤੇ ਗਰਮ ਪਾਣੀ ਠੀਕ ਹੈ, ਵਾਲਾਂ ਵਾਸਤੇ ਗਰਮ ਪਾਣੀ ਠੀਕ ਨਹੀਂ ਹੈ। ਅਗਰ ਆਪਾਂ ਗਰਮ ਪਾਣੀ ਨਾਲ ਵਾਲ ਧੋਵਾਂਗੇ, ਜਿਹੜਾ ਮਰਜ਼ੀ ਆਇਲ ਲਗਾ ਲਈਏ, ਜੋ ਮਰਜ਼ੀ ਕਰ ਲਈਏ, ਵਾਲ ਝੜਨੇ ਹੀ ਝੜਨੇ ਆ। ਰੀਅਲੀ? ਯਾ, ਵੀ ਰਿਕੁਆਇਰ ਕਿ ਜਿਹੜਾ ਨੋਰਮਲ ਵਾਟਰ ਹੈ ਉਹਦੇ ਨਾਲ ਵਾਲ ਧੋਤੇ ਜਾਣ। ਵਾਲ ਐਕਚੁਅਲੀ ਹੈ ਪਿੱਤ ਵੱਜ ਜਾਂਦਾ ਗਰਮ ਪਾਣੀ ਨਾਲ, ਤੇ ਪਿੱਤ ਜਿਹੜਾ ਵਾਲਾਂ ਨੂੰ ਚੜਾਉਂਦਾ ਵਾ, ਇਸ ਕਰਕੇ ਗਰਮ ਪਾਣੀ ਨਾਲ ਜਿਹੜਾ ਵਾ ਕਿਸੇ ਵੀ ਕੀਮਤ ਤੇ ਤੁਸੀਂ ਵਾਲ ਲਾਉਂਦੇ ਨਹੀਂ, ਤੁਹਾਨੇ ਆਪਣੇ ਆਪ ਹੀ ਦੇਖੋਗੇ ਵਾਲ ਝੜਨੇ ਬੰਦ ਹੋ ਜਾਣਗੇ। ਤੁਸੀਂ ਇਹਦੇ 'ਚ ਕੋਈ ਹੋਰ ਬੈਨੀਫਿਟ ਦੇਣਾ ਚਾਹੁੰਦੇ ਹੋ, ਨੋਰਮਲ ਜਿਹੜੀ ਮਿਲਕ ਕਰੀਮ ਆਉਂਦੀ ਹੈ ਸਾਡੀ, ਕੋਸ਼ਿਸ਼ ਕਰੋ ਹਫ਼ਤੇ 'ਚ 1 ਵਾਰੀ ਤੁਸੀਂ ਮਿਲਕ ਕਰੀਮ ਦੇ ਅੰਦਰ ਥੋੜ੍ਹਾ ਜਿਹਾ ਲੈਕਟੋਬੈਸੀਲਸ ਪਾ ਲੈਣਾ ਵਾ, ਥੋੜ੍ਹੇ ਜਿਹੇ ਦਹੀਂ ਦੀ ਜਾਗ ਲਗਾ ਲੈਣੀ ਹੈ ਮਿਲਕ ਦੀ ਕਰੀਮ ਦੇ ਅੰਦਰ, ਉਹ ਤੁਸੀਂ ਹਫ਼ਤੇ 'ਚ 1 ਵਾਰੀ ਅਪਲਾਈ ਕਰਵਾਉਣੀ ਉਹਨਾਂ ਦੇ ਸਿਰ ਦੇ ਉੱਪਰ, ਉਹਦੇ ਨਾਲ ਜਿਹੜਾ ਵਾਲ ਉਹਨਾਂ ਦੇ ਝੜਨੇ ਕਾਫੀ ਘਟਣਗੇ। ਵੱਲ ਧਿਆਨ ਨਾ ਦੋ, ਫੋਨ ਤੇ ਗੱਲ ਕਰੋ, ਮੈਂ ਵੇਟ ਨਹੀਂ ਕਰ ਸਕਦੀ, ਸੋ ਆਈ ਵਿਲ ਟੇਕ ਅਨਦਰ ਕਾਲ, ਉਨੀ ਦੇਰ ਤੁਸੀਂ ਫੇਰ ਕਾਲ ਕਰੋ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ ਸੁਰਿੰਦਰ ਜੀ, ਦੱਸੋ। ਮੇਰਾ ਕੁਐਸਚਨ ਹੈਗਾ ਕਿ ਮੈਨੂੰ 30 ਸਾਲ ਤੋਂ ਮਾਈਗ੍ਰੇਨ ਆ, ਤੇ ਮੈਂ ਦਵਾਈ ਵੀ ਖਾਂਦੀ ਆ, ਉਲਟੀਆਂ ਵੀ ਹੁੰਦੀਆਂ, ਉਹਦੇ ਨਾਲ ਕਿਸੇ ਵੇਲੇ ਇੰਨਾ ਬੈਡ ਦਰਦ ਹੁੰਦਾ ਕਿ ਤੁਸੀਂ ਸਹਿਣ ਨਹੀਂ ਕਰ ਸਕਦੇ, ਉਸੇ ਵਾਸਤੇ ਮੈਂ ਕੀ ਕਰਾਂ? ਦੇਖੋ, ਮਾਈਗ੍ਰੇਨ ਦੀ ਜਦੋਂ ਆਪਾਂ ਗੱਲ ਕਰਦੇ ਆ ਨਾ, ਹੁਣ ਮਾਈਗ੍ਰੇਨ ਤੇ ਡਿਪਰੈਸ਼ਨ
ਇਹ ਦੋ ਚੀਜ਼ਾਂ ਬੜੀਆਂ ਜੁੜੀਆਂ ਹੋਈਆਂ ਪਾਈਆਂ ਜਾਂਦੀਆਂ ਨੇ। ਜਿਹੜਾ ਬੰਦਾ ਸਟ੍ਰੈਸ ਜ਼ਿਆਦਾ ਲੈਂਦਾ ਨਾ ਜੀ, ਉਹਨੂੰ ਮਾਈਗ੍ਰੇਨ ਥੋੜ੍ਹੀ ਜ਼ਿਆਦਾ ਹੁੰਦੀ ਹੈ ਦੂਜਿਆਂ ਦੇ ਨਾਲੋਂ। ਇਹਦੇ ਵਾਸਤੇ ਤੁਸੀਂ ਸਭ ਤੋਂ ਪਹਿਲੀ ਚੀਜ਼ ਤਾਂ ਕਰਨੀ ਆ ਭ੍ਰਾਮਰੀ ਪ੍ਰਾਣਾਯਾਮ। ਭ੍ਰਾਮਰੀ ਪ੍ਰਾਣਾਯਾਮ ਤੁਸੀਂ ਘਰ ਬੈਠੇ ਕਰ ਸਕਦੇ ਹੋ, ਬੈਸਟ ਹੈ ਮਾਈਗ੍ਰੇਨ ਵਾਸਤੇ, ਔਰ ਮੇਰੇ ਯੂਟਿਊਬ ਦੇ ਚੈਨਲ 'ਤੇ ਵੀ ਅਵੇਲੇਬਲ ਹੈ, ਤੁਸੀਂ ਉੱਥੋਂ ਸਿੱਖ ਸਕਦੇ ਹੋ ਕਿਸ ਤਰ੍ਹਾਂ ਕਰਨਾ ਵਾ। ਜਿਸ ਤਰ੍ਹਾਂ ਇੱਕ ਭਵਰਾ ਬਜ਼ਿੰਗ ਕਰਦਾ ਨਾ, ਉਹਦੇ 'ਚ ਇਸ ਤਰ੍ਹਾਂ ਦੀ ਆਵਾਜ਼ ਨਿਕਲਦੀ ਹੈ, ਬਜ਼ਿੰਗ ਸਾਊਂਡ ਨਿਕਲਦੀ ਹੈ। ਉਹ ਬਜ਼ਿੰਗ ਸਾਊਂਡ ਕੀ ਕਰਦੀ ਹੈ ਕਿ ਸਾਡੀ ਬ੍ਰੇਨ ਦੀਆਂ ਜਿਹੜੀਆਂ ਬਲੱਡ ਵੈਸਲਸ ਹੈ ਨਾ, ਉਹਨਾਂ ਨੂੰ ਨੋਰਮਲ ਸਾਈਜ਼ ਦਾ ਰੱਖਦੀ ਹੈ। ਐਕਚੁਅਲੀ ਹੁੰਦਾ ਕੀ ਹੈ, ਮਾਈਗ੍ਰੇਨ 'ਚ ਐਲੋਪੈਥੀ ਇਹ ਮੰਨਦੀ ਹੈ, ਆਲ ਆਫ ਅ ਸਡਨ ਜਿਹੜੀਆਂ ਬਲੱਡ ਵੈਸਲਸ ਨੇ ਉਹ ਡਾਇਲੇਟ ਹੋ ਜਾਂਦੀਆਂ ਨੇ। ਜਦੋਂ ਬਲੱਡ ਵੈਸਲਸ ਡਾਇਲੇਟ ਹੁੰਦੀਆਂ ਨੇ, ਬੜੇ ਹੀ ਰਸ਼ ਦੇ ਨਾਲ ਜਿਹੜਾ ਬਲੱਡ ਹੈ ਉਹ ਫਲੋ ਕਰਦਾ ਬ੍ਰੇਨ 'ਚ, ਔਰ ਬੜੀ ਸਵੀਅਰ ਜਿਹੜੀ ਉਹ ਪੇਨ ਹੁੰਦੀ ਹੈ। ਔਰ ਮਾਈਗ੍ਰੇਨ ਦੇ ਜਿਹੜੇ ਮੈਜੋਰਿਟੀ ਪੇਸ਼ੈਂਟਸ, ਉਹਨਾਂ 'ਤੇ ਇਹੀ ਟੈਨਸ਼ਨ ਪਈ ਰਹਿੰਦੀ ਕਿ ਸਾਨੂੰ ਕੋਈ ਟਿਊਮਰ ਜਾਂ ਕੁਛ ਇਹ ਨਾ ਹੋ ਗਿਆ ਹੋਏ, ਦੇ ਗੋ ਫੋਰ MRIs, ਦੇ ਗੋ ਫੋਰ CT ਸਕੈਨਸ, ਲੇਕਿਨ ਕੋਈ ਬਹੁਤੀ ਜ਼ਿਆਦਾ ਚੀਜ਼ ਹੱਥ ਨਹੀਂ ਲੱਗਦੀ। ਇਸ ਕਰਕੇ ਪਹਿਲੀ ਚੀਜ਼ ਹੈ ਜੀ ਕਿ ਤੁਸੀਂ ਭ੍ਰਾਮਰੀ ਪ੍ਰਾਣਾਯਾਮ ਕਰਨਾ ਹੈ। ਦੂਜੀ ਬੜੀ ਕਾਮਨ ਚੀਜ਼ ਜਿਹੜੀ ਅੱਜ ਆਪਾਂ ਬੜੀ ਇਗਨੋਰ ਕੀਤੀ ਹੋਈ ਹੈ, ਆਪਾਂ ਅਗਰ ਇੰਡੀਆ 'ਚ ਕਿਸੇ ਰੈਸਟੋਰੈਂਟ 'ਚ ਜਾਂਦੇ ਹਾਂ ਜਾਂ ਕਿਤੇ ਵੀ, ਤਾਂ ਸਾਨੂੰ ਸੌਂਫ ਦਿੱਤੀ ਜਾਂਦੀ ਹੈ ਖਾਣਾ ਖਾਣ ਤੋਂ ਬਾਅਦ। ਸੌਂਫ ਜਿਹੜੀ ਹੈ ਉਹ ਬੜੀ ਵੈਲਿਊਬਲ ਚੀਜ਼ ਹੈ, ਆਪਾਂ ਨਹੀਂ ਖਾਂਦੇ ਘਰ ਅੰਦਰ। ਹਰ ਖਾਣੇ ਤੋਂ ਬਾਅਦ ਤੁਸੀਂ ਜਿਹੜੀ ਮੋਟੀ ਵਾਲੀ ਸੌਂਫ ਹੈ ਉਹ ਖਾਣੀ ਹੈ, ਤਕਰੀਬਨ 5 ਗ੍ਰਾਮ ਸਵੇਰੇ, 5 ਗ੍ਰਾਮ ਦੁਪਹਿਰੇ ਅਤੇ 5 ਗ੍ਰਾਮ ਰਾਤੀ, ਤਿੰਨੋਂ ਟਾਈਮ। ਸੌਂਫ ਆਪਣੇ ਆਪ 'ਚ ਇੱਕ ਬੜੀ ਵਧੀਆ ਚੀਜ਼ ਹੈ ਜਿਹੜੀ ਮਾਈਗ੍ਰੇਨ ਨੂੰ ਠੀਕ ਕਰਦੀ ਹੈ। ਥਰਡ ਚੀਜ਼ ਜਿਹੜੀ ਤੁਸੀਂ ਕਰ ਸਕਦੇ ਹੋ, ਲਿਵੈਂਡਰ। ਲਿਵੈਂਡਰ ਦੇ ਜਿਹੜੇ ਫਲਾਵਰਸ ਨੇ, ਦੇ ਆਰ ਅਵੇਲੇਬਲ ਓਵਰ ਹੇਅਰ ਐਂਡ ਦੇ ਆਰ ਵੈਰੀ ਗੁੱਡ ਫੋਰ ਮਾਈਗ੍ਰੇਨ ਪੇਸ਼ੈਂਟਸ। ਉਹਨੂੰ ਉਸ ਤੱਕ ਦੂਸ ਕਿਹਾ ਜਾਂਦਾ ਵਾ ਅਗਰ ਆਪਾਂ ਯੂਨਾਨੀ ਮੈਡੀਸਨ 'ਚ ਚਲੇ ਜਾਈਏ। ਬਿਲਕੁਲ ਜੀ, ਦੇ ਆਰ ਵੈਰੀ ਗੁੱਡ। ਓਕੇ, ਉਹਦੇ 'ਚ ਤਰੀਕਾ ਕੀ ਹੈ ਮੈਨੂੰ ਨਹੀਂ ਪਤਾ ਕਿ ਇੱਥੇ ਜਿਹੜੇ ਬੀਜ ਨੇ ਆਪਣੇ ਕੱਦੂ ਦੇ ਬੀਜ ਜਾਂ ਖੀਰੇ ਦੇ ਬੀਜ ਆਰ ਦੇ ਅਵੇਲੇਬਲ ਔਰ ਨਾਟ। ਤਕਰੀਬਨ 5 ਗ੍ਰਾਮ ਤੁਸੀਂ ਲੈਣੇ ਨੇ, ਉਹਦੇ ਵਿੱਚ ਪਾਣੀ ਆ 4 ਤੋਂ 5 ਕਾਲੀ ਮਿਰਚਾਂ, ਤੇ ਨਾਲ ਵਿੱਚ ਪਾ ਲੈਣੇ ਨੇ ਲਿਵੈਂਡਰ ਫਲਾਵਰਸ। ਲਿਵੈਂਡਰ ਫਲਾਵਰਸ ਤੁਸੀਂ ਪਾ ਸਕਦੇ ਹੋ ਜੇ ਤਾਂ ਉਹ ਡਰਾਈ ਫਲਾਵਰਸ ਮਿਲਦੇ ਨੇ ਤੁਹਾਨੂੰ, ਦੈਨ ਅਰਾਊਂਡ 5 ਗ੍ਰਾਮਸ। ਜੇ ਤੁਹਾਨੂੰ ਉਹ ਤਾਜ਼ੇ ਫੁੱਲ ਮਿਲਦੇ ਨੇ, ਦੈਨ ਅਰਾਊਂਡ 10 ਗ੍ਰਾਮਸ। ਇਹਨਾਂ ਨੂੰ ਤੁਸੀਂ ਹਲਕਾ ਜਿਹਾ ਦੇਸੀ ਘਿਓ ਪਾ ਕੇ ਭੁੰਨਣਾ ਵੈ, ਹਲਕਾ ਹਲਕਾ। ਉਹਦੇ 'ਚ ਤੁਸੀਂ ਅੱਧਾ ਕੁ ਚਮਚਾ ਬੇਸਣ ਦਾ ਪਾ ਲੈਣਾ ਵੈ, ਅਤੇ ਉਸ ਤੋਂ ਬਾਅਦ ਮਿਲਕ ਐਡ ਕਰ ਲੈਣਾ ਵੈ। ਇਹ ਤੁਸੀਂ ਰੋਜ਼ 1 ਗਲਾਸ ਜਿਹੜਾ ਲੈਣਾ ਸ਼ੁਰੂ ਕਰੋ, ਯੂ ਵਿਲ ਸੀ ਕਿ ਮਾਈਗ੍ਰੇਨ 'ਚ ਤੁਹਾਨੂੰ ਕਾਫੀ ਬੈਨੀਫਿਟਸ ਮਿਲਣਗੇ ਇਹਦੇ ਨਾਲ। ਓਕੇ, ਪਰ ਇੱਕ ਮੈਂ ਤੁਹਾਨੂੰ ਹੋਰ ਕੁਐਸਚਨ ਪੁੱਛਾਂ, ਹੁਣੇ ਤੁਸੀਂ ਕਿਹਾ ਸੀ ਨਾ ਕਿ ਗਰਮ ਪਾਣੀ ਨਾਲ ਸਿਰ ਨਹੀਂ ਨਹਾਉਣਾ ਚਾਹੀਦਾ। ਹਾਂਜੀ ਹਾਂਜੀ, ਪਰ ਇੱਥੇ ਠੰਡਾ ਪਾਣੀ ਇੰਨਾ ਹੁੰਦਾ ਕਿ ਸਿਰ ਦੇ ਵੀ ਤੁਸੀਂ ਪਾਣੀ ਤੋਂ ਸਿਰ ਸੁੰਨ ਹੋ ਜਾਂਦਾ। ਨਹੀਂ ਨਹੀਂ, ਲਿਕੁਅਮ ਤੁਸੀਂ ਉਹਨੂੰ ਨਾਰਮਲ ਕਰ ਲਓ ਨਾ। ਐਕਚੁਅਲੀ ਜਿਹੜੇ ਪਾਣੀ ਨਾਲ ਆਪਾਂ ਨਹਾ ਰਹੇ ਹਾਂ ਉਹ ਵੱਧ ਗਰਮ ਵੀ ਚੱਲ ਸਕਦਾ ਵੈ। ਜਿਹੜਾ ਪਾਣੀ ਆਪਾਂ ਸਿਰ 'ਚ ਪਾਉਣਾ ਵੈ ਉਹ ਤਾਜ਼ਾ ਹੋਣਾ ਚਾਹੀਦਾ ਵੈ, ਮਤਲਬ ਇਹ ਨਹੀਂ ਕਿ ਬਿਲਕੁਲ ਚਿਲਡ ਪਾਓ, ਨਾਰਮਲ। ਓਕੇ, ਹਾਂਜੀ ਹਾਂਜੀ, ਓਕੇ, ਥੈਂਕ ਯੂ। ਓਕੇ ਜੀ, ਥੈਂਕ ਯੂ ਸੋ ਮਚ। ਬਹੁਤ ਸਾਰੇ ਸਵਾਲ ਨੇ, ਪਰ ਆਪਣੇ ਸਪੌਂਸਰਸ ਨੂੰ ਯਾਦ ਕਰਨਾ ਵੀ ਜ਼ਰੂਰੀ ਹੈ, ਸੋ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ। ਸਾਰਿਆਂ ਦਾ ਫਿਰ ਸਵਾਗਤ ਹੈ, ਔਰ ਡੈਫੀਨੇਟਲੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਐਂਡ ਪਲੀਜ਼ ਮੈਨੂੰ ਹੁਣੇ ਬ੍ਰੇਕ ਦੇ ਵਿੱਚ ਹੋਰ ਜਾਣਕਾਰੀ ਦੇ ਰਹੇ ਸੀ ਡਾਕਟਰ ਸਾਹਿਬ ਕਿ ਇਹਨਾਂ ਦੇ 32 ਸੈਂਟਰਸ ਹੈ ਅਕ੍ਰੋਸ ਦ ਵਰਲਡ। ਬਿਲਕੁਲ ਜੀ, ਬਿਲਕੁਲ। ਸੋ ਇੰਡੀਆ 'ਚ ਹੈਗੇ ਆ, ਹੋਰ ਕਿੱਥੇ ਕਿੱਥੇ? ਇੰਡੀਆ 'ਚ ਸੈਂਟਰ ਨੇ ਜੀ, ਦੈਨ ਆਸਟ੍ਰੇਲੀਆ 'ਚ ਹੈ, ਜਰਮਨੀ 'ਚ ਹੈ, ਹਾਂਗਕਾਂਗ ਅੰਦਰ ਹੈ, USA 'ਚ ਅਲੱਗ ਅਲੱਗ ਜਗ੍ਹਾਵਾਂ ਦੇ ਉੱਪਰ ਹੈ, UK 'ਚ ਹੈ। ਸੋ ਯੂ ਐਂਡ ਯੋਰ ਵਾਈਫ ਪਾਰਟਨਰ ਇਨ ਦਿਟ, ਐਂਡ ਦੀ ਵਾਈਫ ਵੀ ਡਾਕਟਰ ਹੈ ਜੀ, ਡਾਕਟਰ ਮੋਨਿਕਾ, ਸ਼ੀ ਇਜ਼ MD 2। ਸੋ ਵੰਡਰਫੁਲ। ਸੋ ਯੂ, ਤੁਸੀਂ ਬੜੇ ਬਿਗ ਵੇ 'ਚ ਕਰ ਰਹੇ ਹੋ, ਐਂਡ ਇਟਸ ਅ ਰੈਵੋਲੂਸ਼ਨ ਕਾਈਂਡ ਆਫ। ਬਸ ਜੀ, ਮਾਲਕ ਦੀ ਦਇਆ ਦੇ ਨਾਲ। ਵੀ ਆਲਵੇਸ ਟ੍ਰਾਈ ਕਿ ਪੇਸ਼ੈਂਟਸ ਨੂੰ ਜਿੰਨਾ ਜੈਨੂਇਨਲੀ ਗਾਈਡ ਕੀਤਾ ਜਾ ਸਕੇ, ਕਿਉਂਕਿ ਹੁੰਦਾ ਕਿ ਅੱਜ ਦੀ ਡੇਟ 'ਚ ਜਦੋਂ ਕੋਈ ਪੇਸ਼ੈਂਟ ਕਿਸੇ ਕੋਲ ਵੀ ਆਉਂਦਾ ਨਾ, ਪੇਸ਼ੈਂਟ ਦੇਖੋ ਦੁਖੀ ਹੈ, ਉਸ ਦੇ ਦੁੱਖ ਨੂੰ ਕਮਰਸ਼ੀਅਲ ਐਂਗਲ ਤੋਂ ਦੇਖਿਆ ਜਾਂਦਾ ਸ਼ੁਰੂ ਤੋਂ ਹੀ। ਆਯੁਰਵੇਦ 'ਚ ਕਿਤੇ ਨਹੀਂ ਕਿਹਾ ਗਿਆ ਕਿ ਮਰੀਜ਼ ਤੁਹਾਨੂੰ ਅਪਰੋਚ ਕਰ ਰਿਹਾ ਤਾਂ ਤੁਸੀਂ ਸਿਰਫ ਦਵਾਈ ਹੀ ਖਵਾਉਣੀ ਹੈ ਉਹਨੂੰ। ਆਯੁਰਵੇਦ ਇਜ਼ ਮੋਰ ਦੈਨ ਮੈਡੀਸਿਨਸ। ਆਯੁਰਵੇਦ ਦਾ ਮਤਲਬ ਹੈ ਕਿ ਦਵਾਈਆਂ ਤੋਂ ਪਹਿਲੇ। ਆਯੁਰਵੇਦ ਕੀ ਕਹਿੰਦਾ? ਸਵਸਥਸਯ ਸਵਾਸਥ੍ਯ ਰਕਸ਼ਣ ਮਾਤੁਰਸਯ ਵਿਕਾਰ ਪ੍ਰਸ਼ਮਨਮ। ਸਵਸਥ ਬੰਦੇ ਦੀ ਸਵਸਥ ਦੀ ਰੱਖਿਆ ਕਰੋ, ਤੇ ਸੈਕਿੰਡ ਕਹਿੰਦਾ ਅਤੁਰਸਯ ਵਿਕਾਰ ਪ੍ਰਸ਼ਮਨਮ। ਮਤਲਬ ਪਹਿਲੇ ਕੋਸ਼ਿਸ਼ ਕਰੋ ਕਿ ਬੰਦੇ ਨੂੰ ਇਹੋ ਜਿਹੀ ਸਲਾਹਾਂ, ਇਹੋ ਜਿਹੀ ਗਾਈਡਲਾਈਨਸ ਦਿਓ, ਉਹ ਰੋਗੀ ਬਣੇ ਹੀ ਨਾ, ਦਵਾਈ ਖਵਾਉਣੀ ਹੀ ਨਾ ਪਵੇ। ਬਟ ਪੀਪਲ ਟ੍ਰੀਟਡ ਅਦਰ ਵੇ। ਆਯੁਰਵੇਦ ਵੀ ਕਮਰਸ਼ਲਾਈਜ਼ ਜਿਹਾ ਸਾਰਿਆਂ ਨੇ ਬਣਾ ਲਿਆ ਹੋਇਆ, ਦੇ ਆਰ ਮੋਰ ਇਨ ਟੂ ਸੈਲਿੰਗ ਆਫ ਹਰਬਸ, ਦਵਾਈਆਂ ਦੇ ਦਿੱਤੀਆਂ, ਦੈਟ ਇਜ਼ ਰੋਂਗ। ਆਪਣੀ ਕੋਸ਼ਿਸ਼ ਰਹਿੰਦੀ ਕਿ ਜਿੱਥੋਂ ਤੱਕ ਹੋ ਸਕੇ ਦਵਾਈ ਤੋਂ ਬੰਦੇ ਨੂੰ ਬਚਾਇਆ ਜਾ ਸਕੇ। ਸੋ ਵਾਟ ਡੂ ਯੂ ਥਿੰਕ ਬੇਸਿਕਸ ਆਫ ਆਯੁਰਵੈਦਿਕ ਇਜ਼? ਇਜ਼ ਇਟ ਬ੍ਰਿੰਗਿੰਗ ਬੈਕ ਟੂ ਬੇਸਿਕਸ, ਮਤਲਬ ਬੈਲੈਂਸ ਠੀਕ ਕਰ ਰਹੇ ਹੋ ਬਾਡੀ ਦਾ, ਜਾਂ ਕੀ ਹੈ? ਬਿਲਕੁਲ ਜੀ, ਦੇਖੋ ਜਦੋਂ ਆਯੁਰਵੈਦਿਕ ਕਹਿੰਦਾ ਕਿ ਜਦੋਂ ਇੱਕ ਇਨਸਾਨ ਜਨਮ ਲੈਂਦਾ ਵੈ, ਉਹਦੀਆਂ 3 ਏਸ਼ਨਾਵਾਂ ਨੇ, ਪ੍ਰਾਣ ਏਸ਼ਨਾ, ਧਨ ਏਸ਼ਨਾ, ਪ੍ਰਲੋਕ ਏਸ਼ਨਾ। ਪ੍ਰਾਣ ਏਸ਼ਨਾ ਮਤਲਬ ਆਪਣੇ ਪ੍ਰਾਣਾਂ ਦੀ ਰੱਖਿਆ ਕਰਨਾ, ਇੱਕ ਹੈਲਦੀ ਲਾਈਫ ਜੀਣਾ। ਧਨ ਏਸ਼ਨਾ ਮਤਲਬ ਅੱਛੀ ਅਰਨਿੰਗ। ਏਸ਼ਨਾ ਮੀਨਸ ਡਿਜ਼ਾਇਰਸ, ਡਿਜ਼ਾਇਰਸ।
ਕਿ ਵੀ ਅੱਛੀ ਆਪਾਂ ਇਨਕਮ ਕਰ ਸਕੀਏ, ਗਰੋ ਕਰ ਸਕੀਏ, ਐਂਡ ਲਾਸਟ ਇਜ਼ ਪ੍ਰੋਲੋਕੇਸ਼ਨ ਆ ਕਿ ਵੀ ਆਪਾਂ ਕੱਲ੍ਹ ਨੂੰ ਜੇ ਕੋਈ ਹਿੰਦੂ ਹੈ ਤਾਂ ਸਵਰਗਾਂ 'ਚ ਜਾਈਏ, ਜੇ ਕੋਈ ਸਿੱਖਇਜ਼ਮ ਨੂੰ ਬਿਲੋਂਗ ਕਰਦਾ ਹੈ ਤਾਂ ਮਾਲਕ ਦੀ ਚਰਨਾਂ 'ਚ ਜਾਈਏ, ਮਤਲਬ ਇੱਕ ਕੋਸ਼ਿਸ਼ ਰਹਿੰਦੀ ਕਿ ਸਪਿਰਚੁਅਲੀ ਆਫਟਰ ਡੈਥ ਵੀ ਆਪਾਂ ਇੱਕ ਅੱਛੀ ਜਗ੍ਹਾ ਦੇ ਉੱਪਰ ਜਾਈਏ। ਦੀਜ਼ ਆਰ ਦਾ ਬੇਸਿਕ ਡਿਜ਼ਾਇਰਸ ਵਿੱਚ ਆਯੁਰਵੇਦਾ ਬਿਲੀਵਸ। ਹੁਣ ਆਯੁਰਵੇਦਾ ਮੰਨਦਾ ਵੈ ਕਿ ਅਗਰ ਇੱਕ ਚਿਕਿਤਸਕ ਹੈ ਉਹਦਾ ਫਰਜ਼ ਹੈ ਕਿ ਉਹ ਤਿੰਨੋਂ ਏਸ਼ਨਾਵਾਂ 'ਚ ਹੈਲਪ ਕਰੇ, ਗਾਈਡ ਕਰੇ ਲੋਕਾਂ ਨੂੰ ਕਿ ਕਿਸ ਤਰ੍ਹਾਂ ਇਹਨਾਂ ਏਸ਼ਨਾਵਾਂ ਨੂੰ ਪੂਰਾ ਕਰ ਸਕਦੇ ਨੇ। ਐਂਡ ਵੀ ਆਪਣੇ ਟ੍ਰੀਟਮੈਂਟ ਸੈਂਟਰਸ ਤੋਂ ਜਿਹੜਾ ਸਾਡਾ ਦਿੱਲੀ 'ਚ ਸੈਂਟਰ ਹੈ, ਇਟਸ ਅ ਵੈਰੀ ਹਿਊਜ ਪੰਚਕਰਮਾ ਸੈਂਟਰ, ਉੱਥੇ ਸਾਡੇ ਕੋਲ 9 ਗ੍ਰਹਿਆਂ ਦੇ 9 ਮੰਦਿਰ ਨੇ ਜੀ ਅੰਦਰ। ਅੱਛਾ। ਕਾਓਜ਼ ਨੇ, ਗਊਸ਼ਾਲਾ ਵੀ ਅੰਦਰ ਸਾਡੇ ਕੋਲ। ਵਾਓ। ਦੈਨ ਮੈਡੀਟੇਸ਼ਨ ਸੈਂਟਰ ਹੈ, ਦੈਨ ਯੋਗਾ ਸੈਂਟਰ ਹੈ, ਰੂਮਸ ਨੇ, ਮਤਲਬ ਬੜਾ ਹੀ ਇੱਕ ਹਿਊਜ ਚੀਜ਼ ਆਪਾਂ ਕੀਤੀ ਕਿ ਬੰਦਾ ਅਗਰ ਉੱਥੇ ਆ ਰਿਹਾ ਤਾਂ ਹੀ ਗੈਟਸ ਅ ਫੀਲਿੰਗ ਆਫ ਆਸ਼ਰਮ, ਉਹ ਆਪਣੇ ਇਲਾਜ ਵਾਸਤੇ ਨਾ ਸਿਰਫ ਰਹਿ ਸਕਦੇ ਆ ਉੱਥੇ। ਬਿਲਕੁਲ ਜੀ, ਲੋਕੀ ਉੱਥੇ ਆਉਂਦੇ ਨੇ, ਰਹਿੰਦੇ ਨੇ ਬਹੁਤ ਬਹੁਤ ਦਿਨ। ਨੈਕਸਟ ਗੋਲ, ਨੈਕਸਟ ਟ੍ਰਿਪ ਹੋ ਗਿਆ ਜੀ, ਠੀਕ ਹੈ। ਹਾਂ, ਉਹ ਬਹੁਤ ਵਧੀਆ ਜਗ੍ਹਾ ਜੀ, ਤੁਸੀਂ ਆਓ ਐਂਡ ਯੂ ਵਿਲ ਰੀਲੀ ਇੰਜੋਏ ਬੀਇੰਗ ਓਵਰ देयर। ਨੋ, ਆਈ ਰੀਲੀ ਲਾਈਕ ਵਾਟ ਯੂ ਸੇਇੰਗ ਬਿਕੋਜ਼ ਬਾਕੀ ਸਾਰੇ ਸਪੈਸ਼ਲੀ ਇੱਥੇ, ਮੈਂ ਡਾਕਟਰ ਸਾਹਿਬ ਸੱਚੀ ਮੰਨੋਗੇ ਕਿ ਜਦੋਂ ਇੱਥੇ ਟੀਵੀ ਦੇਖ ਰਹੇ ਹੋ ਨਾ, ਕੋਈ ਵੀ ਇੰਨੀਆਂ ਲੰਬੀ ਲੰਬੀਆਂ ਐਡਸ ਦਵਾਈਆਂ ਦੀਆਂ, ਵਿਚ ਵੈਨ ਆਈ ਕੇਮ ਹੇਅਰ ਫਸਟ ਮੈਨੂੰ ਲੱਗਦਾ ਸੀ ਕਿ ਦਵਾਈ ਦੀ ਐਡ ਦਾ ਮਤਲਬ ਕੀ ਹੈ। ਡਾਕਟਰ ਨੂੰ ਪਤਾ ਹੈ ਕਿ ਪੇਸ਼ੈਂਟ ਨੂੰ ਦਵਾਈ ਚਾਹੀਦੀ ਹੈ, ਉਹ ਲਿਖ ਕੇ ਦੇਗਾ। ਬਿਲਕੁਲ। ਵਾਈ ਪੇਸ਼ੈਂਟ ਹੈਜ਼ ਟੂ ਰਿਕੁਐਸਟ ਕਿ ਮੈਨੂੰ ਇਹ ਦਵਾਈ ਦੇ ਦਿਓ, ਉਹ ਦਵਾਈ ਦੇ ਦਿਓ। ਸੋ ਇੰਨੀਆਂ ਲੰਬੀਆਂ ਜਿਹੜੀਆਂ ਮੇਨ ਸਟ੍ਰੀਮ ਮੀਡੀਆ ਹੈਗਾ, ਸੋ ਦੇ ਆਰ ਪੇਇੰਗ ਥਾਊਜ਼ੈਂਡਸ ਆਫ ਡਾਲਰਸ। ਔਰ ਉਹਦਾ ਨੁਕਸਾਨ, ਹੈ ਵੈ ਜੀ ਕਿ ਕਿਤੇ ਨਾ ਕਿਤੇ ਐਸਾ ਨਹੀਂ ਕਿ ਉਹ ਕੰਮ ਨਹੀਂ ਕਰਦੀਆਂ। ਹਰਬਸ ਐਸੀਆਂ ਨੇ, ਐਸੀ ਜੜੀ ਬੂਟੀਆਂ ਨੇ, ਉਨਗਿਲੋਏ ਹੈ, ਆਮਲਾ ਹੈ, ਅਸ਼ਵਗੰਧਾ ਵੈ, ਕੁਛ ਜੜੀ ਬੂਟੀਆਂ ਐਸੀਆਂ ਨੇ ਕਿ ਕੋਈ ਵੀ ਖਾ ਲਏ ਉਹਨਾਂ ਨੇ ਫਾਇਦਾ ਕਰਨਾ ਹੀ ਕਰਨਾ। ਬਟ ਸਟਿਲ ਜੋ ਇੱਕ ਪ੍ਰੋਪਰ ਡਾਇਗਨੋਸਿਸ ਦੇ ਨਾਲ ਕੀਤੀ ਗਈ ਚੀਜ਼ ਹੈ, ਇੱਕ ਅੱਛੇ ਡਾਇਗਨੋਸਿਸ ਨਾਲ ਅਗਰ ਲਾਈਫ ਸਟਾਈਲ ਚੇਂਜਸ ਵੀ ਗਾਈਡ ਕਰਦੇ ਜਾਣ ਨਾ, ਉਹ ਦਵਾਈ ਤੋਂ ਵਧੀਆ ਕੰਮ ਕਰਨਗੇ। ਡੈਫੀਨੇਟਲੀ। ਨਾਲੇ ਤੁਸੀਂ ਜੋ ਗੱਲ ਕੀਤੀ ਨਾ, ਇਟਸ ਨਾਟ ਬੈਂਡਡ ਕਿ ਤੁਸੀਂ ਹੁਣੇ ਆਪਣਾ ਫਿਕਸ ਕੀਤਾ ਐਂਡ ਦੈਨ ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ। ਹੈਲੋ। ਹਾਂਜੀ ਰੇਨ ਜੀ। ਹਾਂਜੀ ਨਸੀਬ ਜੀ, ਦੱਸੋ ਕੀ ਸਵਾਲ ਹੈ। ਸਰਜਰੀ ਵੀ ਕਰੀ, ਮੇਰੀ ਲੇਜ਼ਰ ਸਰਜਰੀ, ਨਿਕਲੇ ਨੀ ਗੇ ਪੀਸ, ਤੇ ਇਹਦਾ ਕੀ ਇਲਾਜ ਹੋ ਸਕਦਾ? ਉਹ ਤੁਹਾਨੂੰ ਦਰਦ ਕਰਦਾ ਵਾ ਸਟੋਨ ਕੇ ਦਰਦ ਨਹੀਂ ਕਰਦਾ ਵਾ? ਸਮ ਟਾਈਮ ਜਿਵੇਂ ਮੂਲੀ ਖਾ ਲਈ ਜਾਂ ਕੋਈ ਪਾਲਕ ਖਾ ਲਿਆ, ਸਾਗ ਖਾ ਲਿਆ, ਤੇ ਮੈਂ ਫਿਰ ਬਹੁਤ ਦੁਖੀ ਹੁੰਦੀ ਹਾਂ। ਦੇਖੋ ਉਹਦਾ ਸਭ ਤੋਂ ਪਹਿਲਾਂ ਮੈਨੂੰ ਨਹੀਂ ਸੀ, ਹੁਣ 1 ਸਾਲ ਤੋਂ ਹੀ ਪਤਾ ਲੱਗਿਆ ਇਹਦੀ ਲਾਈਫ ਦੇ ਵਿੱਚ। ਮੈਂ ਮਤਲਬ 78 ਦੀ ਹੈਗੀ ਆ। ਹਾਂਜੀ ਹਾਂਜੀ। ਪਹਿਲਾਂ ਕੋਈ ਨਹੀਂ ਸੀਗਾ ਇਹ ਜੀ ਸ਼ਿਕਾਇਤ, ਤੇ ਹੁਣ ਮੇਰੇ ਦਰਦ ਹੁੰਦਾ ਜਾਂ ਥੋੜੀ ਬਹੁਤ ਚੀਜ਼ ਖਾਂਦੀ ਹਾਂ ਤੇ ਮੈਂ ਮਹਿਸੂਸ ਕਰਦੀ ਹਾਂ ਵੀ ਕੋਈ ਇਲਾਜ ਹੈ। ਬਿਲਕੁਲ ਜੀ ਬਿਲਕੁਲ। ਦੇਖੋ ਸਭ ਤੋਂ ਪਹਿਲੀ ਚੀਜ਼ ਜਿਹੜੀ ਤੁਸੀਂ ਇਹਦੇ ਵਾਸਤੇ ਕਰਨੀ ਹੈ ਉਹ ਹੈ ਪਾਈਨਐਪਲ ਜੂਸ। ਪਾਈਨਐਪਲ ਜਿੱਥੇ ਅਵੇਲੇਬਲ ਨੇ, ਅਨਾਨਾਸ, ਜਿਹਨੂੰ ਆਪਾਂ ਕਹਿੰਦੇ ਹਾਂ, ਹਾਂਜੀ, ਚੀਨੀ ਨਹੀਂ ਪਾਣੀ ਵਿੱਚ, ਪਾਈਨਐਪਲ ਦਾ ਜੂਸ ਇਸਤੇਮਾਲ ਕਰਨਾ ਵਾ। ਕੋਸ਼ਿਸ਼ ਕਰੋ ਜਿੰਨਾ ਕਰ ਸਕੋ ਉਨਾ ਹੀ ਬੈਟਰ ਹੈ। ਬਿਲਕੁਲ ਜੀ ਬਿਲਕੁਲ। ਤੁਹਾਡੀ ਏਜ 'ਚ ਮੇਰੇ ਹਿਸਾਬ ਦੇ ਨਾਲ ਤੁਹਾਡੇ ਵਾਸਤੇ ਤਕਰੀਬਨ ਕੋਈ 300 ਤੋਂ 400 ml ਜੂਸ ਜੇ ਤੁਸੀਂ ਪੀਂਦੇ ਹੋ ਪਾਈਨਐਪਲ ਦਾ, ਤਾਂ ਬੜਾ ਚੰਗਾ ਵਾ। ਦੂਜਾ ਐਕਚੁਅਲੀ ਹੁਣ ਇੱਥੇ ਪਤਾ ਨਹੀਂ ਮੈਨੂੰ ਕਿ ਛਲੀਆਂ ਅਵੇਲੇਬਲ ਨੇ ਪ੍ਰੋਪਰ ਕਿ ਨਹੀਂ, ਆਰਦੇ ਅਵੇਲੇਬਲ? ਅੱਜ ਕੱਲ ਹੈਗੀਆਂ ਛਲੀਆਂ, ਮੈਂ ਖਾ ਸਕਦੀ ਹਾਂ, ਛਲੀਆਂ ਮਿਲਦੀਆਂ। ਹਾਂ, ਅਗਰ ਤੁਹਾਨੂੰ ਛਲੀਆਂ ਦੇ ਵਾਲ ਮਿਲ ਸਕਣ, ਜਿਹੜੇ ਛਲੀਆਂ ਦੇ ਵਾਲ ਨਹੀਂ ਹੁੰਦੇ ਜਿਹੜੇ ਅੱਗੇ ਆਏ ਹੁੰਦੇ ਨੇ, ਛਲੀਆਂ ਦੇ ਵਾਲਾਂ ਦਾ ਕਾੜਾ ਬਹੁਤ ਚੰਗਾ ਜੀ ਇਸ ਚੀਜ਼ ਵਾਸਤੇ। ਰੀਅਲੀ? ਹਾਂ, ਉਹ ਸਟੋਨ ਨੂੰ ਤੋੜਦਾ ਵਾ। ਕੋਸ਼ਿਸ਼ ਕਰੋ ਕਿ ਤੁਸੀਂ ਛਲੀਆਂ ਦੇ ਵਾਲਾਂ ਦਾ ਕਾੜਾ ਜਿਹੜਾ ਵਾ ਨਾ ਉਹ ਪੀ ਸਕੋ, ਜੇ ਅੱਜ ਕੱਲ੍ਹ ਛਲੀਆਂ ਆਈਆਂ ਹੋਈਆਂ ਨੇ ਤੇ ਉਹਨਾਂ ਦੇ ਵਾਲ ਤੁਸੀਂ ਲੈਣੇ ਛਲੀਆਂ ਦੇ। ਠੀਕ ਹੈ, ਕੱਟੇ ਹੋਣਾ, ਮੇਰੀ ਬੇਟੀ ਨੇ ਵੀ ਗੱਲ ਕਰਨੀ ਹੈ। ਹਾਂਜੀ ਹਾਂਜੀ ਹਾਂਜੀ, ਦੱਸੋ ਅਰਵਿੰਦ ਜੀ, ਮੈਂ ਉਹਦੇ ਨਾਲ ਕਰਾਉਣੀ ਗੱਲ, ਉਹਨੂੰ ਦੱਸਣਾ ਕੋਈ ਦੀ ਵਾਸਤੇ। ਸੋ ਕਿਡਨੀ ਸਟੋਨ ਵੈਸੇ ਤੇ ਮੈਂ ਤੁਹਾਡੇ ਕਾ ਨੰਬਰ ਵੀ ਲਿਖ ਲੈਨੇ ਆ, ਮੈਂ ਸ਼ਾਇਦ ਕੱਲ ਲਿਖਿਆ ਸੀ। ਹਾਂਜੀ, ਮੂਵ ਕਰਦਾ ਤੇ ਦੁਖਦਾ ਹੈ ਨਾ? ਬਿਲਕੁਲ, ਅਸੀਂ ਮਿਲਦੇ ਹਾਂ ਤੁਹਾਨੂੰ ਵੀ ਵਧੀਆ ਗੱਲਾਂ ਕਰਦੇ ਹਾਂ ਬੇਟਾ। ਹਾਂਜੀ ਹਾਂਜੀ, ਦੱਸੋ ਗੱਲ ਕਰਾਓ। ਲੈ ਮੇਰੀ ਬੇਟੀ ਨਾਲ ਗੱਲ ਕਰੋ, ਇਹਨੇ ਬੀ ਐਮ ਐਲ ਉਹ ਵੀ। ਹਾਂਜੀ ਹਾਂਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਯਕੀਨੀ ਮੈਂ ਕਹਿ ਰਹੀ ਸੀ ਅਰਵਿੰਦ ਜੀ, ਜਿਹੜੇ ਉਹ ਆਪਣੇ ਖੀਰੇ ਦੇ ਬੀਜ ਨਦੀਪੂ ਵਗੈਰਾ ਤੋਂ ਮਿਲ ਜਾਂਦੇ ਨੇ? ਅੱਛਾ ਅੱਛਾ ਅੱਛਾ, ਤੁਸੀਂ ਪੁੱਛਦੇ ਸੀ ਨਾ ਨਿਊਯਾਰਕ ਵਾਲੇ। ਹਾਂਜੀ ਹਾਂਜੀ ਹਾਂਜੀ, ਕਿੱਥੋਂ ਮਿਲ ਜਾਂਦੇ? ਹੋਮ ਡਿਪੂ? ਹੋਮ ਡਿਪੂ, ਹਾਂਜੀ, ਉੱਥੇ ਮਿਲਦੇ ਆ। ਅੱਜ ਕੱਲ੍ਹ ਤੇ ਮਿਲਦੇ ਹੈਗੇ ਹੋਮ ਡਿਪੂ ਜਾਂ ਲੋਜ਼ ਸਟੋਰ ਹੈਗੇ ਨਾ ਜਿਹੜੇ।
ਇਸਤੇਮਾਲ ਕਰ ਸਕਦੇ ਨੇ ਉਹਨਾਂ ਨੂੰ ਵੀ ਭੁੰਨਣਾ ਜਿਹੜਾ ਆਪਾਂ ਉਹ ਕੀਤੀ ਸੀ ਨਾ ਗੱਲ ਕਿ ਆਪਾਂ ਵੇਸਣ ਚ ਬਾਕੀ ਚੀਜ਼ਾਂ ਪਾਈਆਂ ਨੇ ਉਹਦੇ ਚ ਹੀ ਖੀਰੇ ਦੇ ਬੀਜ ਵੀ ਤਕਰੀਬਨ 2 ਤੋਂ 2.5 ਗ੍ਰਾਮ ਪਾਣੇ ਨੇ ਠੀਕ ਹੈ 2 ਤੋਂ 2.5 ਗ੍ਰਾਮ ਇੰਨੇ ਕਿ ਤਾਂ ਮਿਲ ਹੀ ਜਾਣੇ 2 ਪੈਕਟ ਲੈ ਲੈਣੇ ਹਾਂ ਜੀ ਹਾਂ ਜੀ ਹਾਂ ਜੀ ਥੈਂਕ ਯੂ ਸੋ ਮਚ ਰਿਕਾਰਡ ਕਰ ਰਹੀ ਹਾਂ ਤੁਹਾਡਾ ਤੇ ਥੈਂਕ ਯੂ ਡਾਇਬੀਟੀਜ਼ ਵਾਸਤੇ ਕੀ ਕਰਨਾ ਚਾਹੀਦਾ ਹੈ ਡਾਇਬੀਟੀਜ਼ ਵਾਸਤੇ ਪੈਦਲ ਚੱਲਣਾ ਚਾਹੀਦਾ ਹੈ ਸਭ ਤੋਂ ਪਹਿਲੀ ਚੀਜ਼ ਜੇ ਕਿਸੇ ਨੂੰ ਡਾਇਬੀਟੀਜ਼ ਹੋ ਗਈ ਹੈ ਔਰ ਡਾਇਬੀਟੀਜ਼ ਤੋਂ ਚਾਹੁੰਦਾ ਹੈ ਕਿ ਡਾਇਬੀਟੀਜ਼ ਦੇ ਆਰਗਨਸ ਨੂੰ ਖਰਾਬ ਨਾ ਕਰੇ ਵਾਕਿੰਗ ਔਰ ਇਹਦੇ ਚ ਵੀ ਮੈਂ ਕਹਿੰਦਾ ਹਾਂ ਹਾਂ ਕਿ ਚੱਲਣ ਤੋਂ ਵੀ ਜ਼ਿਆਦਾ ਜ਼ਰੂਰੀ ਕਿ ਆਪਾਂ ਕਿਵੇਂ ਚੱਲ ਰਹੇ ਹਾਂ ਅਕਸਰ ਦੇਖੋ ਹੁਣ ਆਪਾਂ ਜਦੋਂ ਚੱਲਦੇ ਹਾਂ ਆਪਾਂ ਲੰਬੇ ਲੰਬੇ ਸਾਹ ਲੈਣੇ ਸ਼ੁਰੂ ਕਰ ਦਿੰਦੇ ਹਾਂ ਬਟ ਮੋਰ ਇੰਪੋਰਟੈਂਟ ਦੈਨ ਕਿ ਵੀ ਆਪਾਂ ਕਿੰਨਾ ਚੱਲ ਰਹੇ ਹਾਂ ਉਸ ਤੋਂ ਜ਼ਰੂਰੀ ਕਿ ਕਿਸ ਤਰ੍ਹਾਂ ਚੱਲ ਰਹੇ ਹਾਂ ਜਦੋਂ ਆਪਾਂ ਚੱਲਣਾ ਵਾ ਆਪਾਂ ਆਪਣੀ ਬ੍ਰੀਦਿੰਗ ਉੱਪਰ ਧਿਆਨ ਦੇਣਾ ਵਾ ਤਿੰਨ ਤਰ੍ਹਾਂ ਦੀ ਬ੍ਰੀਦਿੰਗ ਹੁੰਦੀ ਹੈ ਜੀ ਕੁੰਭਕ ਪੂਰਕ ਤੇ ਰੇਚਕ ਰੇਚਕ ਮਤਲਬ ਸਾਹ ਬਾਹਰ ਛੱਡਦੇ ਹੋਏ ਪੂਰਕ ਮਤਲਬ ਸਾਹ ਅੰਦਰ ਖਿੱਚਦੇ ਹੋਏ ਤੇ ਕੁੰਭਕ ਮਤਲਬ ਸਾਹ ਨੂੰ ਅੰਦਰ ਰੋਕਦੇ ਹੋਏ ਆਪਾਂ ਜਦੋਂ ਚੱਲਣਾ ਵਾ ਆਪਾਂ ਸਭ ਤੋਂ ਵੱਧ ਟਾਈਮ ਰਹਿਣਾ ਵਾ ਜੀ ਪੂਰਕ ਕੁੰਭਕ ਅੰਦਰ ਆਪਾਂ ਆਪਣੇ ਸਰੀਰ 'ਚ ਥੋੜ੍ਹੀ ਦੇਰ ਸਾਹ ਨੂੰ ਰੋਕਣਾ ਵਾ ਲੰਬਾ ਸਾਹ ਅੰਦਰ ਖਿੱਚਣਾ ਵਾ ਥੋੜ੍ਹੀ ਦੇਰ ਹੋਲਡ ਕਰਨਾ ਵਾ ਫਿਰ ਲੰਬਾ ਸਾਹ ਬਾਹਰ ਛੱਡਣਾ ਵਾ ਇਹ ਜਦੋਂ ਆਪਾਂ ਆਪਣੀ ਬ੍ਰੀਦਿੰਗ ਉੱਪਰ ਧਿਆਨ ਦੇਵਾਂਗੇ ਵਾਕਿੰਗ ਕਰਦੇ ਹੋਏ ਤੁਸੀਂ ਦੇਖੋਗੇ ਐਚ ਬੀ ਏ 1 ਸੀ ਤੁਹਾਡਾ ਬਹੁਤ ਜਲਦੀ ਬੈਟਰ ਆ ਜਾਏਗਾ ਦੂਸਰੀ ਇੱਕ ਕਾਮਨ ਹਰਬ ਹੈ ਜੀ ਹਾਂਜੀ ਦੂਸਰੀ ਇੱਕ ਕਾਮਨ ਹਰਬ ਹੈ ਜਿਹਦਾ ਨਾਮ ਹੈ ਕਰੰਜ ਜਿਹਨੂੰ ਆਪਾਂ ਪੰਜਾਬੀ 'ਚ ਮੀਚਕਾਂ ਕਹਿੰਦੇ ਹਾਂ ਮੀਚਕਾਂ ਕਰੰਜ ਮੀਚਕਾਂ ਤੁਸੀਂ ਤਾਂ ਨੈੱਟ ਤੇ ਬੋਟੈਨੀਕਲ ਨੇਮ ਵੀ ਦੇਖ ਸਕਦੇ ਹੋ ਮੇਰੇ ਹਿਸਾਬ ਨਾਲ ਤੁਹਾਨੂੰ ਅਵੇਲੇਬਲ ਹੋ ਜਾਏਗਾ ਮੀਚਕਾਂ ਇੱਕ ਵਰਦਾਨ ਹੈ ਡਾਇਬੀਟੀਜ਼ ਪੇਸ਼ੈਂਟਸ ਵਾਸਤੇ ਕਿਉਂਕਿ ਦੇਖੋ ਸ਼ੂਗਰ ਵਾਲੇ ਮਰੀਜ਼ ਦੀ ਸ਼ੂਗਰ ਤੇ ਬੜੇ ਲੋਕੀ ਕੰਟਰੋਲ ਕਰ ਦਿੰਦੇ ਨੇ ਈਵਨ ਐਲੋਪੈਥਿਕ ਮੈਡੀਸਿਨ ਵੀ ਅਗਰ ਬੰਦਾ ਲੈਂਦਾ ਸ਼ੂਗਰ ਕੰਟਰੋਲ ਆ ਜਾਂਦੀ ਹੈ ਬਟ ਜਿਹੜੀ ਪ੍ਰੋਬਲਮ ਬੰਦੇ ਨੂੰ ਉਹਦੇ 'ਚ ਆਉਂਦੀ ਉਹ ਆਉਂਦੀ ਹੈ ਕਿ ਕੱਲ੍ਹ ਨੂੰ 10 ਸਾਲਾਂ ਬਾਅਦ 15 ਸਾਲਾਂ ਬਾਅਦ 20 ਸਾਲਾਂ ਬਾਅਦ ਸ਼ੂਗਰ ਦੇ ਕਿਸੇ ਦੀ ਕਿਡਨੀਆਂ ਕਿਸੇ ਦੀਆਂ ਆਈਜ਼ ਕਿਸੇ ਦੀਆਂ ਨਰਵਸ ਉਹ ਉਹਨਾਂ ਨੂੰ ਨੁਕਸਾਨ ਪਹੁੰਚਾਉਂਦੀ ਸ਼ੂਗਰ ਅਗਰ ਆਪਾਂ ਮੀਚਕਾਂ ਲੈਂਦੇ ਰਹਿੰਦੇ ਨਾ ਇਹ ਚੀਜ਼ਾਂ ਹੁੰਦੀਆਂ ਹੀ ਨਹੀਂ ਬੰਦਾ ਮੀਚਕਾਂ ਇੱਕ ਮੈਟਾਬੋਲਿਕ ਕੁਰੈਕਟਰ ਹੈ ਇਟ ਪ੍ਰੀਵੈਂਟਸ ਦੀਸ ਡਿਜ਼ੀਜ਼ ਕਿਵੇਂ ਲੈਣੀਆਂ ਨੇ ਤਕਰੀਬਨ 2.5 ਤੋਂ ਲੈ ਕੇ ਤੁਸੀਂ 5 ਗ੍ਰਾਮ ਲੈ ਸਕਦੇ ਹੋ ਸਵੇਰੇ ਖਾਲੀ ਪੇਟ ਗਰਮ ਪਾਣੀ ਦੇ ਨਾਲ ਅੱਛਾ ਜੀ ਚਲੋ ਉਹ ਵੀ ਬਹੁਤ ਵਧੀਆ ਸੋਰੀ ਮੈਂ ਤੁਹਾਡੇ ਤੋਂ ਇੱਕ ਕੁਐਸਚਨ ਹੋਰ ਪੁੱਛਣਾ ਲਾਸਟ ਵਨ ਫਿਰ ਮੈਂ ਤੁਹਾਨੂੰ ਮਿਲਣਾ ਵੀ ਚਾਹਾਂਗੀ ਮੈਨੂੰ ਨਾ ਅੱਖਾਂ ਦੇ ਵਿੱਚ ਐਕਚੁਅਲੀ ਨਿਊਕਲੀਅਰ ਕੀ ਕਹਿੰਦੇ ਨੇ ਨਿਊਕਲੀਅਰ ਡਿਸਕਨ ਲੈਟ ਮੀ ਗੋ ਔਨ ਅ ਬ੍ਰੇਕ ਤੁਸੀਂ ਯਾਦ ਰੱਖੋ ਤੁਸੀਂ ਹੋਲਡ ਕਰਕੇ ਰੱਖਿਓ ਤੁਸੀਂ ਨਾ ਕੱਟਿਓ ਠੀਕ ਹੈ ਠੀਕ ਹੈ ਲੈਟ ਮੀ ਗੇਟ ਗੋ ਔਨ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ ਸਾਰਿਆਂ ਦਾ ਫਿਰ ਸਵਾਗਤ ਹੈ ਮੈਨੂੰ ਪਤਾ ਹੈ ਕਿ ਸਾਰੇ ਬਹੁਤ ਸਾਰੇ ਯੂ ਨੋ ਕਾਲਸ ਦੀ ਵੇਟ ਕਰ ਰਹੇ ਨੇ ਡਾਕਟਰ ਸਾਹਿਬ ਨਾਲ ਗੱਲ ਕਰਨਾ ਚਾਹੁੰਦੇ ਹਾਂ ਅਸੀਂ ਸ਼ੋਅ ਤੋਂ ਬਾਅਦ ਵੀ ਕਾਲਸ ਲਾਂਗੇ ਕੁਛ ਦੇਰ ਸੋ ਦੂਸਰਾ ਫੈਮਿਨਾ ਹਿਕਸਵਿਲ ਦੇ ਵਿੱਚ ਆਯੁਰਵੈਦਿਕ ਸਟੋਰ ਜਿਹੜੀ ਜੋਤੀ ਜੀ ਦਾ ਅਸੀਂ ਪਿੱਛੇ ਸ਼ੋਅ ਵੀ ਕੀਤਾ ਸੀਗਾ ਦੇ ਹੈਵ ਅ ਸਪਾ ਇਨ ਹਿਕਸਵਿਲ ਅਤੇ ਉਹ ਤੁਹਾਨੂੰ ਦਿਖਾ ਵੀ ਦੇਣਗੇ ਡਿਟੇਲਸ ਪਰ ਉੱਥੇ ਫ੍ਰੀ ਸੈਮੀਨਾਰ ਹੈਗਾ ਸੈਟਰਡੇ ਨੂੰ ਯੂ ਨੋ ਸੋ 15th ਦਿਸ ਸੈਟਰਡੇ ਕਮਿੰਗ ਸੈਟਰਡੇ ਨੂੰ ਇਹਨਾਂ ਦਾ ਫ੍ਰੀ ਸੈਮੀਨਾਰ ਹੈ ਉੱਥੇ ਸੋ ਪਲੀਜ਼ ਤੁਸੀਂ ਸਾਰੇ ਜਾ ਕੇ ਜੋ ਵੀ ਨੇੜੇ ਹੈਗੇ ਹੈ ਉਹ ਪਹੁੰਚ ਵੀ ਸਕਦੇ ਨੇ ਅਤੇ ਡਾਕਟਰ ਸਾਹਿਬ ਹੋਰ ਅਸੀਂ ਜਿਹੜਾ ਬੜੀਆਂ ਸਾਰੀਆਂ ਗੱਲਾਂ ਸੀਗੀਆਂ ਸਪੈਸ਼ਲੀ ਅਸੀਂ ਕਿਉਂਕਿ ਇਸ ਵੇਲੇ ਤੁਸੀਂ ਦੇਖ ਹੀ ਲਿਆ ਕਿ ਕਿੰਨੀਆਂ ਲੇਡੀਜ਼ ਹੈਗੀਆਂ ਜਿਹੜੇ ਸਾਡੇ ਵਿਊਅਰਸ ਹੈਗੀਆਂ ਸੋ ਵੀ ਵਰ ਆਲਸੋ ਟਾਕਿੰਗ ਅਬਾਊਟ ਕਿ ਤੁਸੀਂ ਜਿਵੇਂ ਡਿਪਰੈਸ਼ਨ ਦੀ ਗੱਲ ਕੀਤੀ ਮਾਈਗ੍ਰੇਨ ਕਿੰਨਾ ਕੁਛ ਕਨੈਕਟਡ ਹੈ ਮੀਨੋਪੋਜ਼ ਦੇ ਨਾਲ ਵੀ ਬਹੁਤ ਸਾਰੇ ਕੇਸਿਸ ਮੇਰੇ ਕੋਲ ਆਉਂਦੇ ਹਨ ਜਿਹੜੇ ਕਿ ਸਮਝ ਨਹੀਂ ਆ ਰਹੀ ਹੁੰਦੀ ਉਹਨਾਂ ਨੂੰ ਕਿ ਮੀਨੋਪੋਜ਼ ਹੈ ਜਾਂ ਲਾਈਫ ਦੀ ਉਹ ਪੜਾਅ ਉੱਤੇ ਪਹੁੰਚ ਗਿਆ ਬਟ ਦੇ ਆਰ ਕੰਪਲੇਨਿੰਗ ਅਬਾਊਟ ਕਿ ਯੂ ਫੀਲ ਲਾਈਕ ਕ੍ਰਾਈਂਗ ਐਂਡ ਸਟਫ ਲਾਈਕ ਦੈਟ ਸੋ ਕੁਛ ਕੁਇਕਲੀ ਉਹਨਾਂ ਬਾਰੇ ਅਗਰ ਮੀਨੋਪੋਜ਼ਲ ਫੀਮੇਲਸ ਜਿਹੜੀਆਂ ਵੀ 40s ਕ੍ਰਾਸ ਕਰ ਰਹੀਆਂ ਨੇ ਉਹਨਾਂ ਵਾਸਤੇ ਮੈਂ ਇੱਕ ਮਤਲਬ ਜਿਹੜੀ ਜਨਰਲ ਚੀਜ਼ ਸਾਰਿਆਂ ਨੂੰ ਕਰਨਾ ਉਹ ਹੈ ਸੋਇਆਬੀਨ ਜੀ ਸੋਇਆਬੀਨ ਇੱਕ ਨੈਚੁਰਲ ਚੀਜ਼ ਹੈ ਜਿਹਦੇ ਵਿੱਚ ਕਾਫੀ ਸਾਰੇ ਫਾਈਟੋ ਐਸਟ੍ਰੋਜਨਸ ਨੇ ਦੇਖੋ ਇੱਕ ਫੀਮੇਲ ਫੀਮੇਲ ਕਿਉਂ ਹੈ ਕਿਉਂਕਿ ਉਹਦੇ 'ਚ ਆਸਟ੍ਰੋਜਨ ਹੈ ਆਸਟ੍ਰੋਜਨ ਮੇਕਸ ਅ ਫੀਮੇਲ ਫੀਮੇਲ ਉਹਦਾ ਫੈਮਿਨਿਜ਼ਮ ਸਾਰਾ ਐਸਟ੍ਰੋਜਨ ਕਰਕੇ ਹੈ ਜਦੋਂ ਬੋਡੀ 'ਚ ਆਸਟ੍ਰੋਜਨ ਦਾ ਲੈਵਲ ਘਟਣਾ ਸ਼ੁਰੂ ਹੁੰਦਾ ਵਾ ਤਾਂ ਫੀਮੇਲ 'ਚ ਮੂਡ ਸਵਿੰਗਸ ਇਰੀਟੇਬਿਲਿਟੀ ਜੁਆਇੰਟਸ ਪੇਨ ਹੋਟ ਫਲੈਸ਼ਿਸ ਆ ਸਾਰੀਆਂ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਬੈਸਟ ਚੀਜ਼ ਉਸ ਵੇਲੇ ਹੈ ਰੋਜ਼ ਰਾਤੀ ਸੋਇਆਬੀਨ ਭਿਓ ਲੈਣੀ ਚਾਹੀਦੀ ਹੈ ਜਿਹੜੇ ਸੋਇਆ ਦੇ ਸੀਡਸ ਨੇ ਜਿਹੜੇ ਉਹਦੇ ਸਪਰਾਊਟਸ ਆ ਜਾਣਗੇ ਉਹ ਸਪਰਾਊਟਸ ਲੈਣੇ ਚਾਹੀਦੇ ਨੇ ਅਪਰੋਕਸੀਮੇਟਲੀ 15 to 20 grams ਡੇਲੀ ਅਗਰ ਇਹ ਲਿੱਤੇ ਜਾਣ ਮੀਨੋਪੋਜ਼ਲ ਸਿੰਪਟਮਸ ਬੜੇ ਹੀ ਜਿਹੜੇ ਨੇ ਉਹ ਘੱਟ ਹੋ ਜਾਣਗੇ ਸੋ ਵਾਟ ਹੈਪਨਸ ਵੈਨ ਜਿਵੇਂ ਕਾਫੀ ਸਾਰੇ ਨੇ ਮੀਨੋਪੋਜ਼ ਫਿਨਿਸ਼ ਹੋ ਗਿਆ ਉਸ ਤੋਂ ਬਾਅਦ ਜਿਹੜੀਆਂ ਇਸ਼ੂਜ਼ ਆ ਰਹੀਆਂ ਉਹ ਬੜਾ ਤੰਗ ਕਰ ਉਸ ਤੋਂ ਬਾਅਦ ਚੋ ਆ ਜਾਂਦੀ ਹੈ ਆਸਟੀਓਪਰੋਸਿਸ ਆਸਟੀਓਪਰੋਸਿਸ ਸਭ ਤੋਂ ਜ਼ਿਆਦਾ ਤੰਗ ਕਰਦੀ ਹੈ ਜਿਹਦੇ 'ਚ ਸਭ ਤੋਂ ਈਜ਼ੀ ਚੀਜ਼ ਖਾਸ ਤੌਰ 'ਤੇ ਜਿਹੜੇ ਲੋਕ ਐਗ ਲੈ ਲੈਂਦੇ ਨੇ ਉਹਨਾਂ ਵਾਸਤੇ ਮੈਂ ਕਹਿੰਦਾ ਹੁੰਦਾ ਵਾਂ ਕੁਕੁਟਾਣ ਤੋਂ ਅੱਕ ਭਸਮ ਘਰ 'ਚ ਬਣਾਈ ਜਾ ਸਕਦੀ ਹੈ ਇਫ ਯੂ ਟੇਕ ਐਗਸ
ਐਗ ਦੇ ਜਿਹੜੇ ਛਿਲਕੇ ਨੇ ਉਹਨਾਂ ਨੂੰ ਨਾ ਸੁੱਟੋ। ਐਗ ਦੇ ਛਿਲਕਿਆਂ ਨੂੰ ਪਹਿਲੇ ਧੋ ਲਵੋ, ਫਿਰ ਐਗ ਦੇ ਛਿਲਕਿਆਂ ਨੂੰ ਸੁਕਾ ਲੈਣਾ ਛੱਤ ਦੇ ਉੱਪਰ, ਉਸ ਤੋਂ ਬਾਅਦ ਉਹਨਾਂ ਨੂੰ ਪ੍ਰੈਸ਼ਰ ਕੁੱਕਰ 'ਚ ਪਾ ਲੈਣਾ ਵਾ ਔਰ ਸਿਮ 'ਤੇ ਰੱਖ ਦੇਣਾ ਵਾ। ਤਕਰੀਬਨ 1-1.5 ਘੰਟੇ ਤੋਂ ਬਾਅਦ ਸਾਰਾ ਛਿਲਕਾ ਜਿਹੜਾ ਜਲ ਜਾਏਗਾ, ਉਹ ਕੁਕਟਾਣ ਤੱਕ ਭਸਮ ਤਿਆਰ ਹੋ ਗਈ ਹੈ। ਹੁਣ ਆਪਾਂ ਉਹ ਲੈਣੀ ਹੈ ਚਮਚ ਦਾ ਤਕਰੀਬਨ 1/4 ਹਿੱਸਾ। ਸੋ ਉਹਨੂੰ ਤੁਸੀਂ ਸੜਾ ਲਿਆ ਇੱਕ ਤਰ੍ਹਾਂ? ਬਿਲਕੁਲ ਜੀ ਬਿਲਕੁਲ, ਪਾਣੀ ਨਹੀਂ ਪਾਣਾ, ਕੁਝ ਨਹੀਂ, ਪਾਣੀ ਨਹੀਂ ਪਾਣਾ, ਕੁਝ ਨਹੀਂ ਪਾਣਾ। ਓਕੇ, ਦੈਟ ਇਜ਼ ਕੁਕਟਾਣ ਤੱਕ ਭਸਮ, ਵਨ ਆਫ ਦਾ ਬੈਸਟ ਨੈਚੁਰਲ ਕੈਲਸ਼ੀਅਮ ਵਿੱਚ ਨੇਚਰ ਹੈਜ਼ ਗਿਵਨ। ਓਹ, ਇਹਦੇ 'ਚ ਆਪਾਂ ਐਡ ਕਰ ਸਕਦੇ ਹਾਂ ਅਪਰੋਕਸੀਮੇਟਲੀ 10% ਸੁੰਠੀ ਦਾ ਪਾਊਡਰ, ਸੁੰਠ ਦਾ ਪਾਊਡਰ, ਅਤੇ ਤਕਰੀਬਨ 5% ਮੇਥਰੇ ਅਗਰ ਆਪਾਂ ਨਾਲ ਪਾ ਲੈਂਦੇ ਹਾਂ, ਬੋਡੀ 'ਚ ਹੋਰ ਬੈਟਰ ਅਬਜ਼ੋਰਬ ਹੋ ਜਾਂਦੀ ਹੈ। ਇਹ ਅਗਰ ਲਿੱਤੀ ਜਾਏ ਤਾਂ ਮੀਨੋਪੋਜ਼ਲ ਫੀਮੇਲਸ ਨੂੰ ਤਾਂ ਬਹੁਤ ਫਾਇਦਾ ਮਿਲੇਗਾ, ਜਿਹੜੇ ਮੀਨੋਪੋਜ਼ ਲੰਘ ਚੁੱਕੇ ਨੇ, 50s ਕ੍ਰੋਸ ਕਰ ਗਏ ਨੇ ਔਰ ਹੁਣ ਆਸਟੀਓਪਰੋਸਿਸ ਹੋ ਰਿਹਾ, ਉਹਨਾਂ ਵਾਸਤੇ ਇਹ ਚੀਜ਼ ਜਿਹੜੀ ਹੈ ਬਹੁਤ ਫਾਇਦੇਮੰਦ। ਬਹੁਤ ਵਧੀਆ ਡਾਕਟਰ ਸਾਹਿਬ, ਬੜੀਆਂ ਸਾਰੀ ਕਾਲਜ ਹੈ। ਮੈਂ ਜਿਵੇਂ ਪਹਿਲੇ ਕਿਹਾ ਕਿ ਜ਼ਰੂਰ ਅਸੀਂ ਪਹਿਲੇ ਥੋੜ੍ਹੀ ਦੇਰ ਹੋਰ, ਮੇ ਬੀ 10-15 ਮਿੰਟਸ ਕੁਇਕਲੀ ਸਾਰੀਆਂ ਕਾਲਜ ਵੀ ਲਾਂਗੇ। ਬਟ ਡਾਕਟਰ ਸਾਹਿਬ, ਸ਼ੁਰੂ 'ਚ ਤੁਸੀਂ ਕੁਛ ਗੱਲ ਕਰ ਰਹੇ ਸੀ ਕਿ ਜੀਣਾ ਕਿਵੇਂ ਹੈ, ਬਿਲਕੁਲ ਬੇਸਿਕਸ ਵਿੱਚ ਇਜ਼ ਬੈਨੀਫੀਸ਼ੀਅਲ ਟੂ ਐਵਰੀਵਨ, ਕਿ ਅਸੀਂ ਉਹ ਜਿਹੜਾ ਲਾਈਫ ਸਟਾਈਲ ਚੇਂਜਸ ਕਰਨੇ ਆ। ਹਾਂਜੀ, ਤੁਸੀਂ ਪਹੁੰਚੇ ਸੀ ਉੱਥੇ ਕਿ ਨਾ ਬਹੁਤਾ ਤੇਜ਼ ਖਾਣਾ। ਬਿਲਕੁਲ ਜੀ ਬਿਲਕੁਲ ਬਿਲਕੁਲ, ਉਸ ਤੋਂ ਅਗਲਾ ਪੁਆਇੰਟ ਮੈਂ ਬਿਲਕੁਲ ਲੈਣਾ ਚਾਹਾਂਗਾ ਜੀ, ਉਹ ਹੈ ਆਤਮਾਨਮ ਅਭੀ ਸਮੀਖਿਆ ਚਸ਼ਨੀਆਤ। ਮਤਲਬ ਤੁਸੀਂ ਆਪਣੇ ਆਪ ਨੂੰ ਦੇਖਣਾ ਵਾ ਕਿ ਮੇਰੇ ਵਾਸਤੇ ਕੀ ਚੰਗਾ ਵਾ। ਅਕਸਰ ਕੀ ਹੁੰਦਾ ਵਾ, 4-5 ਦੋਸਤ ਜਾਂਦੇ ਨੇ, ਇੱਕੋ ਵਰਗੀਆਂ ਚੀਜ਼ਾਂ ਖਾ ਲੈਂਦੇ ਨੇ, ਜਦਕਿ ਹਰ ਚੀਜ਼ ਹਰ ਬੰਦੇ ਵਾਸਤੇ ਚੰਗੀ ਨਹੀਂ ਹੈ। ਸੋ ਨੋ ਯੋਰ ਬੋਡੀ ਐਂਡ, ਬਿਲਕੁਲ, ਅਗਰ ਤੁਹਾਡੇ ਨਾਲ ਦੇ ਬੰਦੇ ਇੱਕ ਡਿਸ਼ ਆਰਡਰ ਕਰ ਰਹੇ ਨੇ ਜਿਹੜੀ ਤੁਹਾਡੇ ਵਾਸਤੇ ਚੰਗੀ ਨਹੀਂ ਹੈ, ਡੋਂਟ ਈਟ ਇਟ। ਤੁਸੀਂ ਆਪਣਾ ਦੇਖਣਾ ਕਿ ਮੈਨੂੰ ਕੀ ਪਚਦਾ ਵਾ। ਔਰ ਲਾਸਟ ਬਟ ਦ ਨੋਟ ਦ ਲੀਸਟ ਇਜ਼, ਜਦੋਂ ਤੁਹਾਡਾ ਪੁਰਾਣਾ ਖਾਣਾ ਪਚ ਚੁੱਕਾ ਵਾ, ਉਦੋਂ ਤੁਸੀਂ ਆਪਣਾ ਅਗਲਾ ਖਾਣਾ ਖਾਣਾ ਵਾ। ਹੁੰਦਾ ਕੀ ਹੈ, ਉਹਨੂੰ ਕਹਿੰਦੇ ਜੀਰਨੇ ਚਸ਼ਨੀਆਤ, ਖਾਣਾ ਜੀਰਨ ਹੋ ਗਿਆ ਵਾ, ਪਚ ਗਿਆ ਵਾ, ਹੁਣ ਅਗਲਾ ਖਾਣਾ ਖਾਓ। ਆਪਾਂ ਇਸ ਤਰ੍ਹਾਂ ਨਹੀਂ ਕਰਦੇ, ਕਿੰਨੀ ਦੇਰ ਦੇਖੋ, ਆਪਾਂ ਜਨਰਲੀ ਕੀ ਕਰਦੇ ਹਾਂ ਜੀ, ਲੰਚ ਟਾਈਮ ਹੋ ਗਿਆ ਵਾ, ਚਲੋ ਖਾਣਾ ਖਾ ਲਓ, ਹੁਣ ਲੰਚ ਟਾਈਮ ਮੈਂ ਤਾਂ ਖਾਣਾ ਖਾਣਾ ਹੀ ਹੈ, ਨਾਈਟ ਟਾਈਮ ਮੈਂ ਆਪਾਂ 8 ਵਜੇ ਖਾਣਾ ਖਾ ਰਹੇ ਹਾਂ, ਖਾਣਾ ਖਾਣਾ ਹੀ ਹੈ। ਜੀ ਜੀ ਜੀ, ਦੈਟ ਇਜ਼ ਰੋਂਗ। ਅੱਛਾ, ਸਾਨੂੰ ਮੀਲ ਸਕਿਪ ਵੀ ਕਰਨਾ ਪੈ ਸਕਦਾ ਵਾ, ਸਾਨੂੰ ਇਹ ਵੀ ਦੇਖਣਾ ਪੈ ਸਕਦਾ ਕਿ ਪਿਛਲਾ ਖਾਣਾ ਮੈਂ ਭਾਰੀ ਖਾਧਾ ਸੀ, ਮੈਂ ਨਹੀਂ ਖਾਣਾ। ਜੀਰਨੇ ਚਸ਼ਨੀਆਤ, ਜੀਰਨ ਹੋਣ ਦਾ ਤਰੀਕਾ ਕੀ ਹੈ, ਤੁਹਾਨੂੰ ਕੋਈ ਐਸੀਡਿਟੀ ਨਹੀਂ ਹੋ ਰਹੀ, ਕੋਈ ਤੁਹਾਨੂੰ ਬਰਬਸ ਨਹੀਂ ਆ ਰਹੇ ਹੈ, ਸਰੀਰ ਹਲਕਾ ਵੈ, ਪੁਰਾਣਾ ਪਚ ਗਿਆ ਵੈ, ਫਿਰ ਅਗਲਾ ਖਾਣਾ ਵੈ, ਨਹੀਂ ਤਾਂ ਸਿਰਫ ਗਰਮ ਪਾਣੀ ਪੀ ਕੇ ਸੰਤੋਸ਼ ਕਰ ਲੈਣਾ ਵਾ, ਖਾਣਾ ਨਹੀਂ ਖਾਣਾ। That's, yeah, definitely, this sounds good, but never heard of. ਉਹ ਹੀ ਕਹਿੰਦੇ ਜੀ ਖਾਣ ਦਾ ਟਾਈਮ ਹੋ ਗਿਆ, ਹੁਣ ਖਾਓ, ਫਿਨਿਸ਼ ਕਰੋ। ਅਸੀਂ ਆਪਣੇ ਬੱਚਿਆਂ ਨੂੰ ਮੈਨੂੰ ਲੱਗਦਾ ਬਹੁਤ ਜ਼ੋਰ ਪਾਉਂਦੇ ਹਾਂ ਕਿ ਬਈ ਟਾਈਮ ਤੇ ਖਾਓ, ਖਤਮ ਕਰੋ ਸਾਡਾ ਕੰਮ, ਬਟ ਦੈਟ ਇਜ਼ ਸਮਥਿੰਗ ਰੋਂਗ, ਕਿਉਂਕਿ ਜੀਰਨੇ ਚਸ਼ਨੀਆ, ਖਾਣਾ ਪਚੇ ਫਿਰ ਖਾਓ। So that's about the eating. That is about eating. ਬਹੁਤ ਵਧੀਆ ਡਾਕਟਰ ਸਾਹਿਬ, ਸੋ ਆਈ ਡੋਂਟ ਹੈਵ ਮੋਰ ਟਾਈਮ। ਮੈਂ ਦੇਖ ਰਹੀ ਸੀ ਕਿ ਸ਼ਾਇਦ ਮੈਂ ਹੋਰ ਕਾਲਸ ਲੈ ਸਕਾਂ, ਹੋਰ ਬਿਲਕੁਲ ਟਾਈਮ ਨਹੀਂ ਹੈਗਾ, ਬਟ ਐਜ਼ ਆਈ ਸੈਡ ਵਿਲ ਟੇਕ ਫਿਊ ਮੋਰ ਕਾਲਸ ਆਫਟਰ ਦ ਸ਼ੋਅ ਟੂ। ਐਂਡ ਡਾਕਟਰ ਸਾਹਿਬ, ਕੁਛ ਖਾਸ ਕਹਿਣਾ ਚਾਹੋਗੇ? ਬਟ ਆਈ ਰੀਅਲੀ ਐਪਰੀਸ਼ੀਏਟ ਯੂਰ ਕਮਿੰਗ ਹੇਅਰ, ਥੈਂਕ ਯੂ ਸੋ ਮਚ, ਬਹੁਤ ਸਾਰਾ ਕੁਛ ਸਾਨੂੰ ਗਿਆਨ ਮਿਲਿਆ। ਐਂਡ ਆਈ ਥਿੰਕ ਇੱਕ ਓਵਰਆਲ ਇੱਕ ਚੇਂਜ ਦੀ ਮੋਟੀਵੇਸ਼ਨ ਹੁੰਦੀ ਹੈ ਨਾ, ਕਿ ਜੋ ਚਲੀ ਜਾ ਰਿਹਾ, ਨਹੀਂ ਤਾਂ ਜੋ ਲਾਈਫ ਹੈ ਨਾ, ਖਾਣ ਦੀ ਹੈਬਿਟ ਹੋ ਗਈ, ਜੋ ਕਰ ਰਹੇ ਨੇ, ਜੋ ਰੋਗ ਲੱਗ ਗਿਆ, ਉਹਨੂੰ ਸੋਚਿਆ ਵੀ ਇਹ ਤਾਂ ਕਿਸਮਤ 'ਚ ਹੀ ਹੈ, ਹੁਣ ਇੰਝ ਹੀ ਚਲੀ ਜਾ ਰਿਹਾ, ਬਟ ਨਹੀਂ, ਡਾਕਟਰ ਸਾਹਿਬ ਨੇ ਇਹ ਜ਼ਰੂਰ ਯਾਦ ਕਰਾਇਆ। ਮੈਂ ਜਾਂਦੇ ਜਾਂਦੇ ਇੱਕ ਇਹ ਕਹਿਣਾ ਚਾਹਾਂਗਾ, ਸ਼ਾਸਤਰਾਂ 'ਚ ਕਿਹਾ ਗਿਆ, ਸਰਵਮਨਿਅਮ ਪਰਿਤ ਅਜੇਤ ਸਰੀਰਮ ਯੇਨੁ ਪਾਲਿਅਤ ਤਦ ਭਾਵੇ ਭਾਵਾਨਾਮ ਸਰਵ ਭਾਵ ਸਰੀਰ ਨਾਮ। ਸਾਰੀਆਂ ਦੁਨੀਆ ਦੀ ਚੀਜ਼ਾਂ ਜ਼ਰੂਰੀ ਨੇ, ਲੇਕਿਨ ਉਹਨਾਂ ਨੂੰ ਇੱਕ ਪਾਸੇ ਕਰਕੇ ਸਭ ਤੋਂ ਪਹਿਲੇ ਆਪਣੇ ਸਰੀਰ ਦੀ ਪਾਲਣਾ ਕਰੋ, ਕਿਉਂਕਿ ਜੇ ਸਰੀਰ ਚੰਗਾ ਵੈ ਤਾਂ ਦੁਨੀਆ ਦਾ ਸੁੱਖ ਆਪਾਂ ਭੋਗ ਸਕਦੇ ਹਾਂ, ਅਤੇ ਸਾਰੇ ਸੁੱਖ ਜਿਹੜੇ ਨੇ ਉਹ ਦੁੱਖ ਲੱਗਣੇ ਸ਼ੁਰੂ ਹੋ ਜਾਂਦੇ ਨੇ। ਇਸ ਕਰਕੇ ਸਰੀਰ ਨੂੰ ਸਭ ਤੋਂ ਜ਼ਿਆਦਾ ਇੰਪੋਰਟੈਂਸ ਦਿਓ ਜੀ। ਥੈਂਕ ਯੂ ਸੋ ਮਚ, ਥੈਂਕ ਯੂ, ਰੀਅਲੀ ਐਪਰੀਸ਼ੀਏਟ ਦਿਸ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।